ਯੂਟਿਊਬ ਚੈਨਲ ਸੀ 5 ਪੰਥ ਖਾਲਸਾ ਤੋਂ ਮੈਂ ਤੁਹਾਡਾ ਆਪਣਾ ਤੇਨਰਪਾਲ ਸਿੰਘ ਮੇਰੇ ਨਾਲ ਯੂਐਸਏ ਤੋਂ ਨੇ ਸਰਦਾਰ 인ਦਰਜੀਤ ਸਿੰਘ ਜੀ ਆਉਂਕਾ ਨਾ ਸਰਦਾਰ 인ਦਰਜੀਤ ਸਿੰਘ ਜੀ ਦਾ ਸਵਾਗਤ ਕਰਦੇ ਹਾਂ ਫਿਰ ਸੰਗੀਆਂ ਗੱਲਾਂ ਕਰਾਂਗੇ ਸਰਦਾਰ 인ਦਰਜੀਤ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਹਣ 인ਦਰਜੀਤ ਸਿੰਘ ਜੀ ਜਿਹੜਾ ਵਿਸ਼ਾ ਅਸੀਂ ਆਪਸ ਵਿੱਚ ਚਰਚਾ ਕੀਤਾ ਉਹ ਸੰਤਾਂ ਨੂੰ ਦੱਸਣਾ ਤੇ ਦਰਸ਼ਕਾਂ ਨੂੰ ਦੱਸਣਾ ਬੜਾ ਜ਼ਰੂਰੀ ਹੈ ਕੇ ਆਖਿਰ ਸਿੱਖ ਡਾਇਸਪੋਰਾ ਨਾਮ ਵਰਲਡਵਾਈਜ਼ ਕੀ ਹੋ ਰਿਹਾ ਉਸ ਦੀ ਅਸਲ ਐਗਜ਼ਾਮਪਲ ਅਮਰੀਕਾ ਤੋਂ ਹੁਣ ਸਾਹਮਣੇ ਆਣੀ ਸ਼ੁਰੂ ਹੋ ਗਈ ਹੈ ਹਾਲਾਂਕਿ ਪਹਿਲਾਂ ਉਹ ਐਗਜ਼ਾਮਪਲ ਬੜੀ ਵੱਡੀਆਂ ਕੈਨੇਡਾ ਵਿੱਚ ਵੀ ਆਈਆਂ ਪਰ ਕੈਨੇਡਾ ਵਿੱਚ ਮੰਦਿਰ ਰੂਪ ਵਿੱਚ ਜੋ ਕੁਝ ਹੋਇਆ ਉੱਥੇ ਸਿੱਖ ਸਮਝ ਨਹੀਂ ਪਾ ਰਹੇ ਤੇ ਅਮਰੀਕਾ ਦੀਆਂ ਐਗਜ਼ਾਮਪਲਸ ਕੈਨੇਡਾ ਨੂੰ ਵੀ ਆਸਟ੍ਰੇਲੀਆ ਨੂੰ ਵੀ ਨਿਊਜ਼ੀਲੈਂਡ ਨੂੰ ਵੀ ਇੰਗਲੈਂਡ ਨੂੰ ਵੀ ਜਰਮਨ ਨੂੰ ਵੀ ਪੂਰੇ ਯੂਰਪ ਨੂੰ ਵੀ ਸਮਝਾਉਣ ਵਾਸਤੇ ਬਹੁਤ ਹੀ ਜ਼ਬਰਦਸਤ ਹਨ ਤੇ ਮੈਂ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਐਗਜ਼ਾਮਪਲ ਕੀ ਨੇ ਐਗਜ਼ਾਮਪਲ ਬੜੀਆਂ ਵੱਡੀਆਂ ਨੇ ਐਗਜ਼ਾਮਪਲ ਕੁਛ ਐ ਵੀ ਨੇ ਕਿ ਜਿਵੇਂ 84 ਵੇਲੇ ਜਾਂ 84 ਤੋਂ ਪਹਿਲਾਂ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਗੁਰਦੁਆਰਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਆਤਵਾਦੀ ਸੈਂਟਰ ਬਣਾਏ ਜਾ ਰਹੇ ਸਨ ਗੁਰਦੁਆਰੇ ਸਿੱਖਾਂ ਦੇ ਅਮਰਤਾਰੀ ਸਿੱਖਾਂ ਦੇ ਘਰਾ ਤੋਂ ਆਪਦੇ ਸੈਂਟਰ ਬਣਾਏ ਜਾ ਰਹੇ ਸਨ ਇਹੀ ਕੁਝ ਕੰਮ ਅਮਰੀਕਾ ਵਿੱਚ ਸ਼ੁਰੂ ਹੋ ਗਿਆ ਪਹਿਲਾਂ ਕੈਨੇਡਾ ਵਿੱਚ ਹੋਇਆ ਸੀ ਉਹਨਾਂ ਅਮਰੀਕਾ ਵਿੱਚ ਸ਼ੁਰੂ ਹੋਇਆ ਕੈਨੇਡੀਅਨ ਨਹੀਂ ਸਮਝੇ ਅਮਰੀਕਾ ਵਿੱਚ بڑے-ਵੱਡੇ ਪੱਧਰ ਤੇ ਇਸ ਦੀ ਇਹ ਖਬਰਾਂ ਆ ਰਹੀਆਂ ਨੇ ਪਰ ਕੋਈ ਸਮਝ ਨਹੀਂ ਰਿਹਾ ਦੂਸਰੇ ਪਾਸੇ ਸਿੱਖਾਂ ਕੋਲ ਵਰਲਡਵਾਈਜ਼ ਜੇ ਇੱਕ ਤਕੜਾ ਬਿਜ਼ਨਸ ਹੈਗਾ ਤੇ ਉਹ ਹੈਗਾ ਟਰੱਕਿੰਗ ਦਾ ਤੇ ਟੈਕਸੀ ਦਾ ਜਾਂ ਸਟੋਰਸ ਦਾ ਫੋਟੇ ਫੋਟੇ ਸਟੋਰਸ ਦਾ ਹੁਣ ਉਸ ਉਹ 3-4 ਬਿਜ਼ਨਸ ਜਿਹੜੇ ਨੇ ਸਿੱਖਾਂ ਦੇ ਰੀਡ ਦੀ ਹੱਡੀ ਨੇ ਮੈਂ ਸਮਝਦਾ ਪੂਰੇ ਸਿੱਖ ਡਾਇਸਪੋਰਨ ਚ ਹੁਣ ਇਹਨਾਂ ਦੇ ਉੱਤੇ ਅਟੈਕ ਸ਼ੁਰੂ ਹੋ ਗਿਆ ਕਿਵੇਂ ਦੇ ਅਟੈਕ ਸ਼ੁਰੂ ਹੋ ਗਏ ਨੇ ਕਿਵੇਂ ਸਿੱਖਾਂ ਤੋਂ ਖੋਏ ਜਾਣੇ ਨੇ ਔਰ ਖੋਨੇ ਸ਼ੁਰੂ ਹੋ ਗਏ ਨੇ ਕਿਵੇਂ ਐਸੇ ਚ ਸਿੱਖਾਂ ਦੀ ਆਰਕਟਾ ਨੂੰ ਤਬਾਹ ਕੀਤਾ ਜਾ ਰਿਹਾ ਹੈ ਇਸ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ ਅੱਜ ਦਾ ਸਾਡਾ ਮੇਨ ਵਿਸ਼ਾ ਇਹੀ ਹੈ ਤੇ ਆਓ ਮੈਂ ਸਰਵਾਰਿੰਦਰਜੀਤ ਸਿੰਘ ਜੀ ਨਾਲ ਸਿੱਧੇ ਸਵਾਲ ਤੇ ਜਾਂਦਾ ਜਿਆਦਾ ਲੰਬੀ ਇਹ ਭੂਮਿਕਾ ਬੰਨਣ ਦੀ ਮੈਨੂੰ ਲੋੜ ਮਹਿਸੂਸ ਨਹੀਂ ਹੁੰਦੀ ਮੈਂ ਤੁਹਾਨੂੰ ਸਬਜੈਕਟ ਟਾਰਗੇਟਡ ਕਰ ਦਿੱਤਾ ਕਿ ਪਿੰਪੁਆਇੰਟ ਕਰ ਦਿੱਤਾ ਅਸੀਂ ਕੀ ਕਰਨਾ ਸਰਦਾਰ ਰਿੰਦਰਜੀਤ ਸਿੰਘ ਜੀ ਅਮਰੀਕਾ ਵਿੱਚ ਆਮ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਔਰ ਕੈਨੇਡਾ ਵਿੱਚ ਵੀ ਜਿਹੜੀਆਂ ਫਾਰਮੇਸੀ, ਟ੍ਰਾਂਸਪੋਰਟ ਫਾਰਮੇਸੀ, ਟੈਕਸੀ ਫਾਰਮੇਸੀ ਜਾਂ ਸਟੋਰ ਸੀ ਉਹ ਸਿੱਖਾਂ ਕੋਲੋਂ ਖੋਏ ਗਏ ਨੇ ਕੋਈ ਜਾਣਦਾ ਢੰਗ ਤੇ ਤਰੀਕਾ ਵਰਤਿਆ ਗਿਆ ਕਿ ਉਹ ਜਿੰਨਾ ਉਹ ਮਾਲ ਦਾ ਲੋਡ ਲਾਂਦੇ ਸੀ ਜਾਂ ਪੈਸਾ ਲਾਂਦੇ ਸੀ ਉਸ ਤੋਂ ਸਸਤੇ ਲੋਡ ਚੁੱਕਣ ਵਾਲੇ ਲੋਕ ਆ ਗਏ ਹਾਲਾਂਕਿ ਇਹ ਉਹ ਘਾਟਾ ਪੈ ਰਿਹਾ ਜਿਨ੍ਹਾਂ ਨੇ ਸਸਤੇ ਲੋਡ ਚੁੱਕ ਰਹੇ ਨੇ ਜਬਰਦਸਤ ਘਾਟਾ ਪੈ ਰਿਹਾ ਪਰ ਉਹ ਆਪਣੇ ਡਰਾਈਵਰਸ ਨੂੰ ਆਪਣੇ ਮੁਲਾਜ਼ਮਾਂ ਨੂੰ ਪੂਰੀ ਫੁੱਲ ਪੇਮੈਂਟ ਵੀ ਦੇ ਰਹੇ ਨੇ ਓਵਰਟਾਈਮ ਵੀ ਦੇ ਰਹੇ ਨੇ ਪਰ ਲੋਡ ਬੜਾ ਸਸਤਾ ਚੁੱਕ ਕੇ ਅੱਗੇ ਕਮਾਈ ਜਾ ਰਹੇ ਨੇ ਤੇ ਆਮ ਸਿਖਾਂ ਕੋਲ ਜਿਨ੍ਹਾਂ ਕੋਲ 8 ਟਰਾਲੇ ਨੇ 10 ਟਰਾਲੇ ਨੇ 20 ਟਰਾਲੇ ਵਾਲੇ ਵੀ ਵਹਿਲੇ ਹੁੰਦੇ ਜਾ ਰਹੇ ਨੇ ਇਹਦੇ ਪਿੱਛੇ ਤੁਸੀਂ ਕਿਹੜੀ ਸਾਜ਼ਿਸ਼ ਤੇ ਕਿਹੜਾ ਰਾਜ਼ ਸਮਝਦੇ ਹੋ ਦੇਖੋ ਜੀ ਸਾਜ਼ਿਸ਼ ਵੀ ਪੁਰਾਣੀ ਆ ਰਾਜ ਵੀ ਪੁਰਾਣੇ ਨੇ ਕੰਮ ਕਰਨ ਦਾ ਢੰਗ ਵੀ ਪੁਰਾਣਾ ਜੀ ਸਿੱਖਾਂ ਨੂੰ ਬਦਨਾਮ ਕਰੋ ਇਹਨਾਂ ਨੂੰ ਕੁੱਟੋ ਤੇ ਇਹਨਾਂ ਦੀ ਆਰਥਿਕ ਲੁੱਟ ਕਰੋ ਇਹਨਾਂ ਦੀ ਆਰਥਿਕਤਾ ਜਦੀ ਰੀੜ ਦੀ ਹੱਡੀ ਨੂੰ ਤੋੜੋ ਆਪਾਂ ਥੋੜਾ ਜਿਹਾ ਪਿੱਛੇ ਚਲਦੇ ਹਾਂ ਅੱਜ ਕੱਲ ਇੱਕ ਰੌਲਾ ਪਾਇਆ ਜਾ ਰਿਹਾ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਆ ਕਿ 2030 ਤੱਕ ਭਾਰਤ 10 ਟ੍ਰਿਲੀਅਨ ਆਵਦਾਸ ਟ੍ਰਿਲੀਅਨ ਦੀ ਇਕਨੋਮੀ ਬਣ ਜਾਊਗਾ ਜੀ ਤੇ ਜੇ ਆਪਾਂ ਪਿੱਛੇ ਜਾਈਏ 1947 ਦੇ ਵਿੱਚ ਮੈਂ ਰਫ ਗੱਲ ਕਰ ਰਿਹਾ ਫਿਗਰ ਇੱਧਰ ਉੱਧਰ ਹੋ ਸਕਦੀ ਆ ਹੋ ਸਕਦਾ ਭਾਰਤ 3 ਜਾਂ 4 ਬਿਲੀਅਨ ਡਾਲਰ ਦੀ ਇਕਨੋਮੀ ਉਦੋਂ ਹੋਵੇ ਪਰ ਸਿੱਖ ਪੰਜਾਬ ਦੇ ਵਿੱਚ ਸਭ ਤੋਂ ਵੱਧ ਅਮੀਰ ਸੀ ਪੰਜਾਬ ਬੇਹਦ ਅਮੀਰ ਸੂਬਾ ਸੀ ਸਿੱਖਾਂ ਕੋਲੇ ਚੰਗੀਆਂ jobbਾਂ ਸੀ ਮਿਲਟਰੀ ਦੇ ਵਿੱਚ ਸਿੱਖ ਅਫਸਰ ਸੀ ਸਿੱਖ ਇੱਕ ਬੜੀ ਵਧੀਆ ਲਗਜ਼ਰੀ ਜ਼ਿੰਦਗੀ ਜਿਉ ਰਹੇ ਸੀ ਅੱਜ ਜੇ ਤੁਸੀਂ ਦੇਖੋ ਤਾਂ ਸਿੱਖ ਕਸਿਆਰੇ ਬਣੇ ਹੋਏ ਨੇ 10 ਟ੍ਰਿਲੀਅਨ ਡਾਲਰ ਤਾਂ ਭਾਰਤ ਦੀ ਇਕਨੋਮੀ ਹੋ ਗਈ ਪਰ ਸਿੱਖਾਂ ਦਾ ਤੇ ਪੰਜਾਬ ਦਾ ਕੀ ਬਣਿਆ ਤਾਂ ਤੁਸੀਂ ਇਹ ਦੇਖੋਗੇ ਕਿ ਪੰਜਾਬ ਦੀ ਆਰਥਿਕਤਾ ਦੇ ਲੱਕ ਤੋੜ ਦਿੱਤੀ ਗਈ ਪੰਜਾਬ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰ ਲਿਆ ਗਿਆ 1975 ਦੀ ਗੱਲ ਆ ਤੁਹਾਡੇ ਕੋਲੇ ਸ਼ਾਇਦ ਇਹ ਫਿਗਰ ਤੋਂ ਜਿਆਦਾ ਪਹਿਲਾਂ ਦੀਆਂ ਹੋਣਗੀਆਂ ਮੇਰੇ ਹੁਣ ਰਫ ਨਹੀਂ ਜਿਆਦਾ 75 ਹੋ ਸਕਦਾ 76 ਹੋ ਸਕਦਾ 74 ਹੋ ਸਕਦਾ 인드ਰਾ ਗਾਂਧੀ ਵੱਲੋਂ ਇੱਕ ਸਰਵੇ ਕੀਤਾ ਗਿਆ ਸੀ ਕਿ ਆਫਟਰ ਆਲ ਸਿੱਖਾ ਦੇ ਕੋਲੇ ਹੈ ਕੀ ਆ ਉਹਦੇ ਵਿੱਚ ਕੁਝ ਬੜੀਆਂ ਇੰਪੋਰਟੈਂਟ ਚੀਜ਼ਾਂ ਉੱਭਰ ਕੇ ਸਾਹਮਣੇ ਆਈਆਂ ਸੀ ਕਿ ਭਾਰਤ ਦੀ ਜਿੰਨੀ ਟਰਾਂਸਪੋਰਟ ਸੀ ਤਕਰੀਬਨ ਉਹਦਾ 90-95% ਸਿੱਖਾਂ ਕੋਲੇ ਸੀ ਸਿੱਖ ਵੈਸੇ ਭਾਰਤ ਦੀ ਆਬਾਦੀ ਦਾ 2% ਸੀ ਪਰ ਭਾਰਤ ਦੀ ਇਕਨੋਮੀ ਦੇ ਵਿੱਚ ਸਿੱਖ 32% ਕੰਟ੍ਰਿਬਿਊਟ ਕਰ ਰਹੇ ਸੀ ਸਿੱਖਾਂ ਦੀ ਜਿਹੜੀ ਫੌਜ ਦੇ ਵਿੱਚ ਨਫਰੀ ਸੀ ਉਹ तकरीबन 20 ਤੋਂ 25% ਸੀ 20% ਤੋਂ 더 ਨਫਰੀ ਸੀ ਜਿਹੜੇ ਅਫਸਰ ਸੀ ਸਿੱਖ ਮਿਲਟਰੀ ਅਫਸਰ ਉਹ 25% ਦੇ ਕਰੀਬ ਸੀ ਤੇ ਐਦਾਂ ਹੀ ਸਿੱਖਾਂ ਬਾਰੇ ਮਤਲਬ ਪੰਜਾਬ ਦੀ ਜਿਹੜੀ ਜ਼ਮੀਨ ਸੀ ਪੰਜਾਬ ਅੱਜ ਸਿੱਖ ਅੱਜ ਵੀ ਕਲੇਮ ਕਰਦੇ ਨੇ ਉਸ ਵਕਤ ਦੀ ਜਿਹੜੀ ਕਲੇਮ ਸੀ ਸ਼ਾਇਦ ਪੰਜਾਬ ਦੀ ਜ਼ਮੀਨ ਦਾ ਸਿੱਖਾਂ ਕੋਲੇ 90% ਸੀ ਸਿੱਖ ਓਨ ਕਰਦਾ ਸੀ ਪੰਜਾਬ ਨੂੰ ਇਹ ਜਿਹੜੇ ਅੰਕੜੇ ਇੰਦਰਾ ਗਾਂਧੀ ਕੋਲੇ ਪਹੁੰਚੇ ਉਹ ਚੁਕਾ ਦੇਣ ਵਾਲੇ ਸੀ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਕੰਮ ਸ਼ੁਰੂ ਹੋਇਆ ਤੇ ਅੱਜ ਪੰਜਾਬ ਕਿੱਥੇ ਆ ਤੁਸੀਂ ਦੇਖ ਲਓ ਹੁਣ ਆਪਾਂ ਗੱਲ ਆਉਨੇ ਆ ਕਿ ਤੁਹਾਡਾ ਜਿਹੜਾ ਸਵਾਲ ਆ ਅੱਜ ਕੀ ਕੀ ਹੋ ਰਿਹਾ ਸਿੱਖਾ ਦੇ ਉੱਤੇ ਮਲਟੀਪਲ ਹਮਲੇ ਕਰਨ ਇਹਨਾਂ ਨੇ ਸ਼ੁਰੂ ਕੀਤੇ ਨੇ ਇਕ ਆਰਟੀਕਲ ਹੁਣੇ ਆਇਆ ਇਨ ਦਾ ਸ਼ੈਡੋ ਆਫ ਫਰੀ ਵੇ ਸ਼ੂਟਿੰਗ ਮੈਂ ਥੋੜਾ ਜਿਹਾ ਆਰਟੀਕਲ ਆਪਾਂ ਵੈਸੇ ਦਿਖਾ ਦੰਨੇ ਆ ਮਾੜਾ ਜਿਹਾ ਫਿਰ ਮੈਂ ਤੁਹਾਡੀ ਸਕਰੀਨ ਸ਼ੇਅਰ ਬੰਦ ਕਰੂੰਗਾ ਪਹਿਲਾਂ ਕੋਸ਼ਿਸ਼ ਕਰਦੇ ਆ ਕਿ ਉਹਨੂੰ ਦਿਖਾਇ ਦਿਖਾ ਲਈਏ ਤਾਂ ਬੈਟਰ ਹੋਊਗਾ ਆ ਜਿਹੜੀ ਐਗਜ਼ਾਮਪਲ ਦਿੱਤੀ ਪਹਿਲਾਂ ਇੰਡੀਆ ਦੀ ਤੇ ਹੁਣ ਅਸੀਂ ਗੱਲ ਕਰ ਰਹੇ ਆ ਸਿਕ ਡਾਈਸਪੋਰਾਂ ਦੀ ਖਾਸ ਤੌਰ ਤੇ ਅਮਰੀਕਾ ਦੀ ਹਾਂਜੀ ਤਾਂ ਗੰਭੀਰ ਕਾਲ ਜੇ ਇਹਨੂੰ ਸਮਝਿਆ ਜੇ ਔਰ ਇਸ ਤੇ ਕੁਝ ਟੈਕਸ਼ਨ ਲਿਆ ਜੇ ਜੀ ਆ ਗਿਆ ਜੀ ਸਾਹਮਣੇ ਇਹ ਦਾ ਸ਼ੈਡ ਆਫ ਫਰੀ ਵੇ ਸ਼ੂਟਿੰਗ ਹਾਂ ਜੀ ਲਰਕਸ ਦਾ ਫੀਅਰ ਆਫ 6 ਥ्रेटਨਡ ਇਨ ਕੈਲੀਫੋਰਨੀਆ ਸੋ ਇਹ ਆਰਟੀਕਲ ਆਇਆ ਜੀ ਇਹ ਉਸ ਦੇ ਉੱਤੇ ਆਪਾਂ ਤੁਹਾਨੂੰ ਗੱਲਬਾਤ ਕਰਾਂਗੇ ਮੈਂ ਸਕਰੀਨ ਸ਼ੇਅਰ ਬੰਦ ਕਰ ਰਿਹਾ ਜੀ ਇਸ ਆਰਟੀਕਲ ਦੇ ਵਿੱਚ ਜੀ ਇਹ ਸਿੱਖਾਂ ਨੂੰ ਜਗਾਉਣ ਵਾਸਤੇ ਕਿਸੇ ਵੀ ਚੰਗੇ ਪੱਤਰਕਾਰ ਵੱਲੋਂ ਐਫਰਟ ਹੋਈਆ ਕਿ ਸਿੱਖ ਜਲ ਜਾਣ ਆਪਾਂ ਨੇ ਪਹਿਲਾਂ ਵੀਡੀਓਜ਼ ਕੀਤੀਆਂ ਸੀ ਜੇ ਤੁਹਾਨੂੰ ਯਾਦ ਹੋਊਗਾ ਅਮਰੀਕਾ ਦਾ ਸੱਚ ਦੇ ਨਾਂ ਦੇ ਹੇਠ ਕਈ ਵੀਡੀਓਜ਼ ਕੀਤੀਆਂ ਸੀ ਬਿਲਕੁਲ ਉਹਨਾਂ ਵਿੱਚੋਂ ਆਪਾਂ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਬਾਰੇ ਗੱਲ ਕੀਤੀ ਸੀ ਬੜੀ ਫੁਰਕੇ ਇਸ ਆਰਗੇਨਾਈਜੇਸ਼ਨ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਈ ਕਾਨਫਰੰਸਿਸ ਕਈ ਫੰਕਸ਼ਨ ਕੀਤੇ ਨੇ ਅਮਰੀਕਾ ਦੀ ਜਿਹੜੀ ਬਿਊਰੋਕਰੇਸੀ ਆ ਉਸ ਨੂੰ ਸਿੱਖਾਂ ਬਾਰੇ ਦਸਣ ਬਾਰੇ ਸਿੱਖਾ ਦੇ ਇਮੇਜ ਖਰਾਬ ਕਰਨ ਵਾਸਤੇ ਸੈਕਰਾਮੈਂਟੋ ਦੇ ਵਿੱਚ ਅ ਪ੍ਰੋਗਰਾਮ ਹੋਇਆ ਫਿਰ ਮਾਊਂਟਨ ਪੀਚ ਹੋਇਆ ਕਈ ਜਗ੍ਹਾ ਤੇ ਹੋਰ ਵੀ ਹੋਇਆ ਬੇਸਿਕਲੀ ਉਹਨਾਂ ਨੇ ਇਸ ਨੂੰ ਕਾਨਫਰੈਂਸ ਟ੍ਰੇਨਿੰਗ ਕਿਹਾ ਗਿਆ ਕਿ ਇੱਕ ਹਿੰਦੂ ਫੋਬੀਆ ਦੇ ਨਾਂ ਉੱਤੇ ਕਿ ਹਿੰਦੂ ਫੋਬੀਆ ਜਿਹੜਾ ਫਲਾਇਆ ਜਾ ਰਿਹਾ ਅ ਉਸ ਨੂੰ ਖਾਲਿਸਤਾਨ ਟੈਰਰਿਸਟ ਦੇ ਨਾਲ ਜੋੜਿਆ ਗਿਆ ਉਸ ਸੰਸਥਾ ਦੇ ਵਿੱਚ ਇਹਨਾਂ ਨੇ ਜਿਹੜੀ ਸਭ ਤੋਂ ਮਾੜੀ ਗੱਲ ਕੀਤੀ ਹੈ ਉਹ ਇਹ ਕੀਤੀ ਆ ਕਿ ਇੱਕ ਜਿਹੜਾ ਫ੍ਰੀਮਾਉਂਟ ਗੁਰਦੁਆਰਾ ਹੈ ਤੁਹਾਨੂੰ ਬੜਾ ਫੇਮਸ ਗੁਰਦੁਆਰਾ ਖਾਲਸਤਾਨੀ ਗੁਰਦੁਆਰਾ ਕਰਕੇ ਦੇਖਿਆ ਜਾਂਦਾ ਉਹਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਇਲਜ਼ਾਮ ਲਾਤਾ ਕਿ ਇਟ ਇਜ਼ ਅ ਹੋਮ ਆਫ ਇਲੀਗਲ ਡਰੱਗਸ ਐਂਡ ਵੈਪਨਸ ਕਿ ਇੱਥੇ ਇਲੀਗਲ ਡਰੱਗਸ ਨੇ ਤੇ ਇੱਥੇ ਹਥਿਆਰ ਨੇ ਹੁਣ 1984 ਯਾਦ ਕਰੋ ਦਰਵਾਰ ਸਾਹਿਬ ਤੇ ਹਮਲੇ ਦਾ ਬਹਾਨਾ ਇਹੇ ਕਰਕੇ ਬਣਾਇਆ ਗਿਆ ਸੀ ਕਿ ਜੀ ਉੱਥੇ ਇਲੀਗਲ ਹਥਿਆਰ ਲੈ ਕੇ ਬੈਠੇ ਹੋਏ ਨੇ ਜਦੋਂ ਕਿ ਉੱਥੇ ਕੁਝ ਵੀ ਨਹੀਂ ਸੀ ਹਾਲਾਂਕਿ ਇੱਥੇ ਵੀ ਜਿਹੜੇ ਹਥਿਆਰ ਨੇ ਉਹ ਕੋਈ ਹਥਿਆਰ ਗੁਰਦੁਆਰੇ 'ਚ ਨਹੀਂ ਹੈਗੇ ਪਰ ਸਾਡੀ ਤਰਾਸ਼ ਦੀ ਦੇਖਣ ਵਾਲੀ ਆ ਭਾਈ ਸਾਹਿਬ ਇੱਥੇ ਅੱਜ 3 ਦਿਨ ਹੋ ਗਏ ਨੇ ਇਸ ਲੇਖ ਨੂੰ ਆਏ ਨੂੰ ਅ ਅੱਜ 5 ਤਰੀਕ ਹੋ ਗਈ ਆ 2 ਅਕਤੂਬਰ ਦੇ ਵਿੱਚ ਲੇਖ ਆਇਆ ਸੀ ਫ੍ਰੀ ਮਾਉਂਟ ਗੁਰਦੁਆਰੇ ਵੱਲੋਂ ਇਸ ਬਾਰੇ ਕੁਝ ਨਹੀਂ ਬੋਲਿਆ ਗਿਆ ਬਿਲਕੁਲ ਇਹੀ ਗੁਰਦੁਆਰਾ ਜਿਹਦੇ ਬਾਰੇ ਆਪਾਂ ਨੇ ਕਾਫੀ ਜ਼ਿਆਦਾ ਚਰਚਾ ਕੀਤੀ ਸੀ ਕਾਗਸ ਦੀ ਵੀ ਚਰਚਾ ਹੋਈ ਸੀ ਤੇ ਜਿਹੜੀ ਆਪਾਂ ਜਿਹਨਾਂ ਨੂੰ ਅਖੌਤੀ ਖਾਲਸਤਾਨੀ ਕਹਿ ਦਿੰਦੇ ਆ ਕੁਝ ਲੋਕ ਉਹਨਾਂ ਨੂੰ ਸਰਕਾਰੀ ਖਾਲਸਤਾਨੀ ਕਹਿ ਦਿੰਦੇ ਨੇ ਉਹ ਲੋਕਾਂ ਦਾ ਇੱਥੇ ਕਾਫੀ ਜ਼ਿਆਦਾ ਕੰਟਰੋਲ ਬਐਸੇ ਤਾਂ ਉਹ ਬਹੁਤ ਵੱਡਾ ਰੌਲਾ ਪਾਉਂਦੇ ਨੇ ਗੁਰਦੁਆਰੇ ਦੇ ਵਿੱਚ ਗੋਲੀਆਂ ਵੀ ਚੱਲੀਆਂ ਨੇ ਤੇ ਗੁਰਦੁਆਰੇ ਦੇ ਕੁਝ ਖਾਸ ਜਿਹੜੇ ਕਰਤਾ ਧਰਤਾ ਨੇ ਉਹਨਾਂ ਦਾ ਪਿਛਲੇ ਸਮੇਂ ਦੇ ਵਿੱਚ ਡਰੱਗ ਬਾਰੇ ਡਿਸਕਸ਼ਨਾਂ ਹੁੰਦੀਆਂ ਰਹੀਆਂ ਨੇ ਸ਼ਾਇਦ ਕੇਸ ਵੀ ਹੋਏ ਨੇ ਅੱਜ ਇਹਗਲਿਆਂ ਨੇ ਉਹ ਚੀਜ਼ ਤੁਹਾਡੀ ਲੈ ਕੇ ਤੁਹਾਨੂੰ ਸਿੱਧੇ ਰੂਪ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਅੱਜ ਜਦੋਂ ਤੁਹਾਡੇ ਤੇ ਐਡਾ ਵੱਡਾ ਇਲਜ਼ਾਮ ਲਾ ਲਿਆ ਤੇ ਜਿਹੜੇ ਗੁਰਦੁਆਰੇ ਨੂੰ ਸਾਂਭ ਰਹੇ ਲੋਕ ਨੇ ਗੁਰਦੁਆਰੇ ਦੀ ਸੇਵਾ ਸੰਭਾਲ ਦਾ ਕੰਮ ਕਰਦੇ ਨੇ ਕਾਉਂਸਲ ਬਣੀਆਂ ਹੋਈਆਂ ਨੇ ਹੋਰ ਆਰਗੇਨਾਈਜ਼ਰ ਨੇ ਇੱਕ ਸਪੈਸੀਫਿਕ ਪਾਰਟੀ ਆ ਇੱਕ ਪਾਰਟੀ ਨਹੀਂ ਉਹਨਾਂ ਨੇ अनेका ਪਾਰਟੀਆਂ ਬਣਾਈਆਂ ਨੇ ਪਰ ਅੱਜ ਉਹ ਬੰਦਿਆਂ ਦੀ ਜਵਾਨ ਸਿਹੁਤੀ ਗਈ ਹੈ ਤੇ ਉਹੋ ਇਸ ਬਾਰੇ ਕੁਝ ਨਹੀਂ ਬੋਲ ਰਹੇ ਹਾਲੇ ਤੱਕ ਕੋਈ ਵੀ ਆਫੀਸ਼ੀਅਲ ਸਟੇਟਮੈਂਟ ਫ੍ਰੀ ਮਾਉਂਟ ਗੁਰਦੁਆਰੇ ਦੀ ਮੈਨੇਜਮੈਂਟ ਵੱਲੋਂ ਨਹੀਂ ਆਈ। ਸੋ ਉੱਥੋਂ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਸਿੱਖਾਂ ਦੇ ਹਾਲਾਤ ਕੀ ਨੇ। ਮੈਂ ਇੱਥੇ ਆ ਵੀ ਦੇਖ ਰਿਹਾ ਸਰਦਾਰ ਇੰਦਰਜੀਤ ਸਿੰਘ ਜੀ। ਹੂੰ। ਟੋਟਲ ਅਮਰੀਕਨ ਸਿੱਖ ਵੀ ਜਾਂ ਨਾਰਥ ਅਮਰੀਕਨ ਸਿੱਖ ਕਹੋ। ਹੂੰ। ਇਹ ਉਸੇ ਪੰਜਾਬੀ ਸੋਚ ਦਾ ਸ਼ਿਕਾਰ ਜਾਂ ਮੈਨੂੰ ਲੱਗ ਰਿਹਾ। ਕਿ ਫਲਾ ਪਿੰਡ ਦੀ ਘਟਨਾ ਆ ਫਲਾ ਗੁਰਦੁਆਰੇ ਦੀ ਘਟਨਾ ਸੀ ਉਸ ਉਸ ਤੋਂ ਕੀ ਲਾਣਾ ਛੱਡੋ ਪਰਾਂ ਜਾਣਦੇ ਹੋ ਜਦ ਕਿ ਇਸ ਦਾ ਇੰਪੈਕਟ ਸਮੁੱਚੀ ਸਿੱਖ ਕਮਿਊਨਿਟੀ ਦੇ ਨਾਰਥ ਅਮਰੀਕਨ ਡਾਇਸਪੋਰਾ ਤੇ ਪੈਣਾ ਜਿਵੇਂ ਪੰਜਾਬ ਵਿੱਚ ਉਹਨਾਂ ਨੇ ਸ਼ੁਰੂ ਕੀਤਾ ਸੀ ਕਿ ਗੁਰਦੁਆਰਿਆਂ ਇਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਗੁਰਦੁਆਰਿਆਂ ਵਿੱਚ ਹਥਿਆਰ ਇਕੱਠੇ ਕੀਤੇ ਜਾ ਰਹੇ ਨੇ ਗੁਰਦੁਆਰੇ ਟੈਰੋਰੀਜ਼ਮ ਦੇ ਅੱਡੇ ਬਣ ਗਏ ਅੱਡੇ ਉਹਨਾਂ ਨੇ ਕਿਹਾ ਸੀ ਅਨਿਸੀ ਕੀ ਹੱਕੇ ਬਈ ਸੈਂਟਰ ਬਣ ਗਏ ਲਫਸੀ ਉਹਨਾਂ ਦੇ ਅੱਡੇ ਬਣ ਗਏ ਸੇਮ ਹੀ ਗੱਲ ਅਮਰੀਕਾ ਵਿੱਚ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਖਾਸ ਤੌਰ ਤੇ ਇਹ ਹਿੰਦੂ ਕੌਕਸ ਨੇ ਸ਼ੁਰੂ ਕਰ ਦਿੱਤੀ ਹੈ ਔਰ ਉਹ ਬੜੇ ਹਿੰਦੂ ਹਿੰਦੂ ਫਾਊਂਡੇਸ਼ਨ ਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਬਹੁਤ ਹੀ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤੀ ਹੈ ਬਿਲਕੁਲ ਸਿੱਧੇ ਡਾਇਰੈਕਟ ਔਰ ਪਿੰਪੁਆਇੰਟ ਕਰ ਰਹੇ ਨੇ ਅਮਰੀਕਾ ਨਰਨਾਰਥ ਅਮਰੀਕਨ ਬਿਊਰੋਕਰੇਟਸ ਨੂੰ ਜਾਂ ਥਿੰਕਰਸ ਨੂੰ ਜਾਂ ਜਿਹੜੇ ਪਾਲਿਸੀ ਮੇਕਰਸ ਨੇ ਉਹਨਾਂ ਨੂੰ ਹੂੰ ਸਿੱਖ ਟੋਟਲ ਚੁੱਪ ਨੇ ਬਿਲਕੁਲ ਜੀ ਕਿਉਂਕਿ ਆਪਾਂ ਨੇ ਬਹੁਤ ਵਾਰੀ ਜਦੋਂ ਅਮਰੀਕਾ ਦੇ ਸੱਚ ਨਾ ਆਉਂਦੇ ਥੱਲੇ ਵੀਡੀਓਜ਼ ਕੀਤੀਆਂ ਸੀ ਆਪਾਂ ਨੇ ਉਦੋਂ ਸ਼ੱਕ ਜ਼ਾਹਰ ਕੀਤੇ ਸੀ ਆਪਾਂ ਨੇ ਆਈਡੀਆ ਵੀ ਦੱਸੇ ਸੀ ਕਿ ਜਿਹੜੀ ਸਿੱਖ ਲੀਡਰਸ਼ਿਪ ਆ ਉਹ ਉਸ ਲੈਵਲ ਦੀ ਨਹੀਂ ਹੈ ਜਿਸ ਲੈਵਲ ਦਾ ਅਟੈਕ ਸਿੱਖਾ ਤੇ ਉੱਤੇ ਹੋ ਰਿਹਾ ਉਸ ਨੂੰ ਹੈਂਡਲ ਕਰ ਸਕਦੇ ਜਾਂ ਇਹ ਕਹਿ ਲੋ ਕਿ ਉਹ ਖੁਦ ਕਾਣੇ ਨੇ ਉਹ ਉਹ ਚੀਜ਼ ਨੂੰ ਹੈਂਡਲ ਨਹੀਂ ਕਰ ਪਾਉਂਦੇ ਹਾਲਾਂਕਿ ਇਹੋ ਜਿਹੇ ਅਟੈਕ ਬੜੇ ਆਸਾਨੀ ਦੇ ਨਾਲ ਹੈਂਡਲ ਕੀਤੇ ਜਾ ਸਕਦੇ ਨੇ ਅ ਇਸ ਆਪਾਂ ਕਹਸਾ ਦਿੰਦੇ ਚਲੋ ਸਾਡੀ ਖੁਸ਼ਕਿਸਮਤੀ ਆ ਸਾਡੇ ਪ੍ਰਮਾਤਮਾ ਨੇ ਜ਼ਿੰਮੇਵਾਰੀ ਸਾਨੂੰ ਦਿੱਤੀ ਆ ਇਹ ਸੀ 5 ਸੀ 5 ਪੰਥ ਖਾਲਸਾ ਤੋਂ ਅਸੀਂ ਆਪਣਾ ਜੋਖਮ ਉਠਾ ਕੇ ਰਿਸਕ ਲੈ ਕੇ ਅਸੀਂ ਇਹਨਾਂ ਚੀਜ਼ਾਂ ਦਾ ਜਵਾਬ ਦੰਦੇ ਰਹੇ ਹਾਂ ਤੇ ਦੇ ਰਹੇ ਹਾਂ। ਔਰ ਸਾਡੀਆਂ ਪੁਰਾਣੀਆਂ ਵੀਡੀਓਜ਼ ਇਸ ਚੈਨਲ ਤੋਂ ਤੁਸੀਂ ਦੇਖ ਵੀ ਸਕਦੇ ਹੋ। ਪਰ ਹੁਣ ਤੋਂ ਸਾਰੀਆਂ ਵੀਡੀਓ ਮੈਂ ਦੱਸਣਾ ਚਾਹੁੰਦਾ ਕਿ ਅਮਰੀਕਾ ਯੂ ਐਸ اے ਵਾਲੇ ਤੁਸੀਂ ਇਸ ਕਲਾ ਯੂ ਐਸ اے ਵੀ ਪਾਉਗੇ ਤੇ ਪਲੇਲਿਸਟ ਆ ਜਾਏਗੀ ਉਹਦੀ ਸਾਰੀਆਂ ਵੀਡੀਓ ਚ ਪਈਆਂ ਨੇ ਤੁਸੀਂ ਪੁਰਾਣੀਆਂ ਵੀ ਦੇਖ ਸਕਦੇ ਹੋ ਨਵੀਆਂ ਵੀ ਪਰ ਅਸਲ ਗੱਲ ਤਤ ਇਹ ਹੈਗਾ ਕਿ ਕੱਲਾ ਇੱਕ ਧਿਰ ਜਿਹੜੀ ਨਹੀਂ ਬੋਲ ਰਹੀ ਬਾਕੀ ਧਿਰਾਂ ਨੂੰ ਤਾਂ ਬੋਲਣਾ ਹੀ ਪਾ ਚਾਹੀਦਾ ਨਾ ਜੀ ਨਹੀਂ ਨਹੀਂ ਉਹਦੇ 'ਚ ਰੌਲਾ ਇਹ ਹੈ ਜੀ ਕਿ ਦੇਖੋ ਹਰੇਕ ਗੁਰਦੁਆਰੇ ਦੀ ਆਪਣੀ ਮੈਨੇਜਮੈਂਟ ਬਣੀ ਹੋਈ ਹੈ ਤੇ ਉਹ ਗੁਰਦੁਆਰੇ ਆਪਸ ਦੇ ਵਿੱਚ ਉਹਨਾਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਵਧੀਆ ਤਾਲਮੇਲ ਹੈ ਨਹੀਂਗਾ ਤੇ ਜ਼ਿਆਦਾਤਰ ਜਿਹੜੇ ਮੇਨ ਗੁਰਦੁਆਰੇ ਨੇ ਉਹਨਾਂ ਨੂੰ ਅਖੌਤੀ ਖਾਲਸਤਾਨੀ ਧਿਰਾਂ ਨੇ ਕੰਟਰੋਲ ਕੀਤਾ ਹੋਇਆ ਉਹੀ ਧਿਰ ਉਹੀ ਧਿਰ ਹੈਗੀ ਆ ਜਿਹੜੀ ਸਾਰੇ ਗੁਰਦੁਆਰਿਆਂ ਨੂੰ ਨਾਰਥ ਅਮਰੀਕਾ ਦੇ ਵਿੱਚ ਕੰਟਰੋਲ ਕਰ ਰਹੀ ਆ ਉਹਨਾਂ ਨੇ ਕਈ ਕਈ ਸੰਸਥਾਵਾਂ ਬਣਾਈਆਂ ਹੋਈਆਂ ਨੇ ਜਿਵੇਂ ਸਿੱਖ ਕਾਕ ਸਿੱਖ ਸੰਸਥਾ ਹੋਗੀ ਵਰਲਡ ਸਿੱਖ ਪਾਰਲੀਮੈਂਟਿਕ ਹੋਰ ਹੋਗੀ ਅ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਹੋਰ ਹੋਗੀ ਸਿੱਖ ਯੂਟ ਆਫ ਅਮਰੀਕਾ ਇੱਕ ਹੋਰ ਹੋਗੀ ਐਦਾਂ ਦੀਆਂ ਆਰਗੇਨਾਈਜੇਸ਼ਨਾਂ ਬਣਾਈਆਂ ਹੋਈਆਂ ਨੇ ਸੋ ਉਹਨਾਂ ਵੱਲੋਂ ਬਨਵੇ ਦਾ ਅਦਰ ਕਿਉਂਕਿ ਜਿਹੜੇ ਬੰਦੇ ਉਹਨਾਂ ਆਰਗੇਨਾਈਜੇਸ਼ਨਾਂ ਦੇ ਵਿੱਚ ਨੇ ਉਹ तकरीबन ਉਹੀ ਨੇ ਮਾੜਾ ਮੋਟਾ ਇੱਕ ਕੱਢ ਕੇ ਦੂਜੇ ਪਾਸੇ ਦੂਜੇ ਪਾਸੇ ਤੀਜੇ ਪਾਸੇ ਬੰਦੇ ਚੇਂਜ ਕੀਤੇ ਹੋਣੇ ਪਰ ਓਵਰ ਆਲ ਬੰਦੇ ਉਹੀ ਨੇ ਤੇ ਉਹ ਬੰਦੇ ਨੇ ਪਹਿਲਾਂ ਕੁਝ ਨਹੀਂ ਕੀਤਾ ਮੈਂ ਤੁਹਾਨੂੰ ਥੋੜਾ ਜਿਹਾ ਮੈਂ ਆਪਣਾ ਭੂਮਿਕਾ ਦੱਸ ਦਿਆਂ ਸਾਰੇ ਕਾਜ਼ੇ ਦੀ ਹੁਣ ਇੱਕ ਪਾਸੇ ਤਾਂ ਉਹ ਸਿੱਖਾਂ ਨੂੰ ਇਸ ਢੰਗ ਨਾਲ ਬਦਨਾਮ ਕਰ ਰਹੇ ਨੇ ਦੂਜੇ ਪਾਸੇ ਸਿੱਖੀ ਭੇਖ ਦੇ ਵਿੱਚ ਸਿੱਖੀ ਭੇਖ ਦੇ ਵਿੱਚ ਇੱਥੇ ਭਾਰਤ ਨੇ ਆਪਣੇ ਬੰਦੇ ਛੱਡੇ ਹੋਏ ਨੇ ਜਿਹੜੀਆਂ ਏਜੰਸੀਆਂ ਨੇ ਉਹ ਇੱਥੇ ਮਾੜੇ ਕੰਮ ਕਰ ਰਹੇ ਨੇ ਠੀਕ ਆ ਉਹ ਦੇਖਣ ਨੂੰ ਇਹ ਥੋੜਾ ਜਿਹਾ ਮੈਂ ਇਹਦੀ ਹੋਰ ਬੈਕਗ੍ਰਾਉਂਡ ਦੱਸ ਦਿਆਂ ਇਹ ਗੱਲ ਕਾਫੀ ਦੇਰ ਤੋਂ ਚਰਚਾ ਦੇ ਵਿੱਚ ਸਿੱਖਾ ਦੇ ਵਿੱਚ ਰਹੀ ਆ ਕਿ ਆਰਐਸਐਸ ਤੇ ਭਾਰਤ ਦੇ ਆਖੂਫੀਆ ਤੰਤਰ ਰਲ ਕੇ ਇਹੋ ਜਿਹੇ ਸਿੱਖ ਪੈਦਾ ਕੀਤੇ ਨੇ ਉਹਨਾਂ ਨੇ ਕਿ ਜਿਹੜੇ ਅਸਲ ਦੇ ਵਿੱਚ ਸਿੱਖਿਆ ਤੋਂ ਨਹੀਂ ਆਉਂਦੇ ਔਰ ਉਹਨਾਂ ਨੂੰ ਪੰਜਾਬੀ ਸਿਖਾ ਕੇ ਕੁਝ ਗੁਰਬਾਣੀ ਸਿਖਾ ਕੇ ਉਹਨਾਂ ਨੂੰ ਸਿੱਖੀ ਬਾਣਾ ਪਵਾ ਕੇ ਬਾਹਰ ਛੱਡਿਆ ਗਿਆ ਉਹ ਪੰਜਾਬੀ ਵੀ ਬੋਲ ਸਕਦੇ ਨੇ ਉਹ ਕੁਝ ਗੁਰਬਾਣੀ ਵੀ ਕੋਟ ਕਰ ਸਕਦੇ ਨੇ ਉਹਨਾਂ ਦਾ ਭੇਖ ਵੀ ਸਿੱਖੀ ਵਾਲਾ ਦੇਖੋ ਨੂੰ ਉਹ ਪੱਕੇ ਸਿੱਖ ਲੱਗਦੇ ਨੇ ਪਰ ਅਸਲ ਦੇ ਵਿੱਚ ਉਹ ਸਿੱਖ ਨਹੀਂ ਹੈਗੇ ਸੋ ਉਹਦਾ ਦੇ ਸਿੱਖ ਇੱਕ ਖਬਰ ਦੇ ਮੁਤਾਬਕ 2 ਤੋਂ 3 ਮਿਲੀਅਨ ਭਾਰਤ ਤੋਂ ਲੋਕ ਪਿਛਲੇ ਕੁਝ ਸਮੇਂ ਤੋਂ ਕੁਝ ਸਾਲਾਂ ਤੋਂ ਅਮਰੀਕਾ ਦੇ ਵਿੱਚ ਇਲੀਗਲ ਆਏ ਨੇ। ਔਰ ਉਹਨਾਂ ਦੇ ਵਿੱਚ ਇਹ ਸਿੱਖੀ ਭੇਖ ਵਾਲੇ ਲੋਕ ਵੀ ਨੇ। ਔਰ ਉਹ ਲੋਕ ਇੱਥੇ ਮਾੜੇ ਕੰਮ ਕਰਕੇ ਇੱਧਰ ਉੱਧਰ ਗਾਇਬ ਹੋ ਜਾਂਦੇ ਨੇ। ਔਰ ਉਸ ਦਾ ਜਿਹੜਾ ਬਲੇਮ ਆ ਉਹ ਸਿੱਖਾ ਦੇ ਉੱਤੇ ਆਉਣਾ। ਹੁਣ ਜਿਹੜਾ ਤੁਹਾਡਾ ਸਵਾਲ ਸੀ ਉਹ ਸ਼ੁਰੂ ਕਰੋ ਤੁਸੀਂ ਕੀ ਕਹਿਣਾ ਚਾਹੁੰਦੇ ਸੀ? ਮੈਂ ਮੈਂ ਬੜਾ ਸਪਸ਼ਟ ਕਰਨਾ ਚਾਹੁੰਦਾ ਤੁਸੀਂ ਉਹ ਦੱਸਿਆ ਕਿ ਅੰਨੀ ਵੱਡੀ ਸੰਖਿਆ ਹੀ ਚਾਏ ਨੇ ਮੈਂ ਇਸ ਨੂੰ ਫੇਰ ਦਰਸ਼ਕਾਂ ਨੂੰ ਜੋੜ ਦੇਣਾ ਚਾਹੁੰਦਾ ਕਿ ਜਿਹੜੀਆਂ ਲੱਖ ਰੁਪਏ ਦੀਆਂ ਚਿੱਠੀਆਂ ਵਿਕੀਆਂ ਜਿਹੜੇ ਇੱਕ ਡੇਰੇ ਵੱਲੋਂ ਇੱਕ ਟਕਸਾਲ ਵੱਲੋਂ ਚਿੱਠੀਆਂ ਦੇ ਦੇ ਕੇ ਗੁਰਦੁਆਰਿਆਂ ਵਿੱਚ ਬੰਦੇ ਪਾਠੀ ਬੰਦੇ ਉਹ ਅਰਦਾਸੀਏ ਬੰਦੇ ਸ਼ਰਤਲ ਕੀਤੇ ਗਏ ਅੱਜ ਉਹਨਾਂ ਸਾਰਿਆਂ ਜਿਹੜੇ ਉਹ ਬੀਜ ਅਸੀਂ ਬੀਜੇ ਸਟ ਇਹ ਸੰਸਥਾਵਾਂ ਸੜੀ ਲੋਕਾਂ ਨੇ ਬੀਜੇ ਅੱਜ ਉਹ ਵੱਢਨੇ ਪੈ ਰਹੇ ਜੇ ਔਰ ਸਿੱਖੀ ਨੂੰ ਧਾਲ ਆ ਰਹੇ ਨੇ ਕਿਵੇਂ ਲਾ ਰਹੇ ਨੇ ਮੇਰਾ ਮੁੱਖ ਸਵਾਲ ਹੈਗਾ ਕਿ ਆਮ ਤੌਰ ਤੇ ਉਹਨਾਂ ਸੋਸ਼ਲ ਮੀਡੀਆ ਤੇ ਵੀਡੀਓ ਪੈਣ ਲੱਗ ਗਈਆਂ ਨੇ ਜੀ ਕੋਈ ਨੈਸ਼ਨਲ ਹਾਈਵੇ ਤੇ ਕੋਈ ਹੋਰ ਕਿਸੇ ਹੋਰ ਹਾਈਵੇ ਤੇ ਖੜ ਕੇ ਸਿੱਖ ਪੇਸਟੀ ਚ ਬੰਦਾ ਪਿਸ਼ਾਬ ਕਰਦਾ ਪਿਆ ਸਾਰੇ ਉਸ ਤੋਂ ਪਰੇਸ਼ਾਨ ਨੇ ਫੌਂਕ ਕਰ ਰਹੇ ਨੇ ਕੋਈ ਕਿਸੇ ਕਲੋਨੀ ਚ ਕਰਦਾ ਪਿਆ ਕੋਈ ਹੁੜਦੰਗ ਮਚਾਉਂਦਾ ਪਿਆ ਜਿਵੇਂ ਜੋ ਹਾਲ ਆਪ ਸਿੱਖ ਪੰਜਾਬ ਦੇ ਸਟੂਡੈਂਟਸ ਨੇ ਬ੍ਰੈਂਟਨ ਵਿੱਚ ਕੀਤਾ ਵੈਂਕੂਵਰ ਵਿੱਚ ਕੀਤਾ ਜੋ ਹੁੜਦੰਗ ਉੱਥੇ ਅਸੀਂ ਦੇਖਦੇ ਆ ਉਹਦੇ ਪਿੱਛੇ ਵੀ ਕੁਛ ਅਜਈਆਂ ਚਾਲਾਂ ਨੇ ਪਰ ਉਹ ਕੈਨੇਡੀਅਨ ਲੋਕ ਨਹੀਂ ਸਮਝ ਪਾ ਰਹੇ ਇਸ ਕੈਨੇਡਾ ਦਾ ਸਿੱਖ ਨਹੀਂ ਸਮਝ ਪਾ ਰਿਹਾ ਬੜਾ ਸਮਝਾਇਆ ਪਰ ਉਹ ਨਹੀਂ ਸਮਝੇ ਤੇ ਉਹੀ ਗੱਲਾ ਹੁਣ ਅਮਰੀਕਾ ਵਿੱਚ ਵੀ ਸ਼ੁਰੂ ਹੋ ਗਈਆਂ ਨੇ ਜਿਵੇਂ ਕੈਨੇਡਾ ਵਿੱਚ ਇਹ ਸਾਰੇ ਕੰਮ ਹੋਏ ਉਹ ਹੁਣ ਅਮਰੀਕਾ ਵਿੱਚ ਆ ਰਹੇ ਨੇ ਤੇ ਜਿਸ ਵੇਲੇ ਸੋਸ਼ਲ ਮੀਡੀਆ ਤੇ ਮੈਂ ਦੇਖਦਾ ਚ ਅਮਰੀਕਾ ਤੋਂ ਅਜਿਹੇ ਕੁਝ ਪੰਸਰ ਆਵਾਜ਼ਾਂ ਮਾਰ ਰਹੇ ਨੇ ਕੈਨੇਡਾ ਵਾਲਿਆਂ ਨੂੰ ਵੀ ਇੱਧਰ ਆ ਜਾਓ ਇੱਥੇ ਤੁਹਾਨੂੰ ਕੰਮ ਵੀ ਮਿਲੇਗਾ ਸਾਰੀ ਚੀਜ਼ ਮਿਲੇਗੀ ਮਤਲਬ ਹੁਣ ਉਹ ਮਾਹੌਲ ਨੂੰ ਹੋਰ ਜ਼ਿਆਦਾ ਪ੍ਰਚਾਰ ਤੇ ਪ੍ਰਸਾਰ ਵਿੱਚ ਲਿਜਾ ਰਹੇ ਨੇ ਤੇ ਇਹਨਾਂ ਸਾਰਿਆਂ ਦੇ ਮਗਰ ਕਿੱਤੇ ਨਾ ਕਿਤੇ ਕੋਈ ਡੀਪ ਸਟੇਟ ਜਾਂ ਏਜੰਸੀ ਤਾਂ ਹੈ ਜੀ ਨਹੀਂ ਤਾਂ ਕਿਹੜਾ ਬੱਚਾ ਜੇ ਹੈਗਾ ਮਾਪਿਓ ਦਾ ਕਿ ਮਾਪਿਓ ਨੇ 40-45 ਲੱਖ ਰੁਪਈਆ ਦੇ ਕੇ ਉਹਨੂੰ ਫਾਇ ਆਪਣੇ ਆਪ ਨੂੰ ਲਾ ਕੇ ਬਾਹਰ ਭੇਜਿਆ ਹੋਏ ਤੇ ਉਸ ਚੀਜ਼ ਦੀ ਪਰਵਾਹ ਨਾ ਕਰਦਾ ਹੋਏ ਜੇ ਅੰਸਰਾ ਨਾਲ ਮਿਲ ਕੇ ਸਿੱਖੀ ਨੂੰ ਹੀ ਤਬਾਈ ਵਾਲੇ ਪਾਸੇ ਲਿਜਾ ਰਿਹਾ ਤੇ ਅਮਰੀਕਾ ਹੀ ਚਾ ਸਾਰਾ ਕੁਝ ਸ਼ੁਰੂ ਹੋ ਗਿਆ ਮੇਰਾ ਪਹਿਲਾ ਸਵਾਲ ਆ ਦੂਸਰਾ ਸਵਾਲ ਤੁਹਾਨੂੰ ਆ ਹੈਗਾ ਕਿਉਂਕਿ ਫਿਰ ਤੁਸੀਂ ਕੰਟੀਨਿਉਟੀ 'ਚ ਦੋਨਾਂ ਨੂੰ ਜੋੜ ਲਿਆ ਜੀ ਕਿ ਜਿਹੜੇ ਮੈਂ ਟਰੱਕਿੰਗ ਬਿਜ਼ਨਸ ਤੇ ਟੈਕਸੀ ਬਿਜ਼ਨਸ ਦੀ ਗੱਲ ਸਟਾਰਟਿੰਗ ਹੀ ਸ਼ੁਰੂ ਕੀਤੀ ਸੀ ਕਿ ਆ ਉਹ ਕੈਨੇਡਾ ਤੋਂ ਖੋਇਆ ਜਾ ਰਿਹਾ ਬਰਬਾਦ ਕੀਤਾ ਜਾ ਰਿਹਾ ਅਮਰੀਕਾ 'ਚ ਉਹਦੀ ਸ਼ੁਰੂਆਤ ਹੋ ਗਈ ਹੈ ਉਹਦੇ ਪਿੱਛੇ ਕੀ ਡੀਪ ਸਟੇਟ ਹੈ ਤੇ ਕੀ ਏਜੰਸੀ ਹੈ ਜੀ ਹਾਂਜੀ ਮੈਂ ਦੋ ਹਲਾ ਜਵਾਬ ਦਿੰਨਾ ਸੋ ਹੁਣ ਜਿਹੜੇ ਸਿੱਖੀ ਭੇਖ ਦੇ ਵਿੱਚ ਬੰਦੇ ਆਏ ਨੇ ਓਹੋ ਅਮਰੀਕਾ ਦੇ ਵਿੱਚ ਕੋਈ ਵੀ ਜਿਵੇਂ ਹਾਈਵੇ ਤੇ ਖੜ ਗਏ ਹਾਈਵੇ ਦੇ ਉੱਤੇ ਦੇਖੋ ਅਮਰੀਕਾ ਦੇ ਵਿੱਚ ਤੁਸੀਂ ਜੰਗਲ ਪਾਣੀ ਕਰਨ ਦਾ ਹਾਈਵੇ ਤੇ ਉੱਤੇ ਨਹੀਂ ਕਰ ਸਕਦੇ ਇੰਡੀਆ ਦੇ ਵਿੱਚ ਤਾਂ ਲੋਕ ਕਾਰ ਰੋਕ ਕੇ ਕਰ ਲੈਂਦੇ ਨੇ ਪਰ ਅਮਰੀਕਾ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਇੱਥੇ ਤੁਹਾਨੂੰ ਬਕਾਇਦਾ ਕਿਤੇ ਪ੍ਰੋਪਰ ਜਿੱਥੇ ਰੈਸਟਰੂਮ ਬਣੇ ਹੋਏ ਨੇ ਉੱਥੇ ਰੁਕੋ ਉੱਥੇ ਕਰਨਾ ਪੈਂਦਾ ਜੇ ਤੁਸੀਂ ਪਬਲਿਕ ਸਪੇਸਿਸ ਦੇ ਵਿੱਚ ਪਬਲਿਕ ਪਲੇਸਿਸ ਦੇ ਵਿੱਚ ਕੁਝ ਕਰੋਗੇ ਇਹ ਮਾੜੀ ਗੱਲ ਹੈ ਜੇ ਜਦੋਂ ਤੁਸੀਂ ਗੋਰੇ ਲੋਕਾਂ ਦੇ ਵਿੱਚ ਜਿਹੜੇ ਅਮਰੀਕਨ ਲੋਕ ਨੇ ਉਹਨਾਂ ਦੇ ਸਾਹਮਣੇ ਇਹ ਕਰਦੇ ਫੜੇ ਜਾਓਗੇ ਤਾਂ ਇੱਕ ਸਟੇਜ ਆਊਗੀ ਕਿ ਉਹ ਲੋਕ ਤੁਹਾ ਤੋਂ ਉੱਕ ਜਾਣਗੇ ਤੇ ਤੁਹਾਡੇ ਤੇ ਹਮਲੇ ਕਰਨਗੇ। ਸੋ ਪਹਿਲਾਂ ਪਹਿਲਾਂ ਇਹਨਾਂ ਨੇ ਕੀ ਕੀਤਾ ਕਿ ਭਾਈ ਹਰਦੀਪ ਸਿੰਘ ਨਿੱਜਰ ਖੰਡੇ ਹੋਣਾ ਦੇ ਜਾਂ ਗੁਰਪਤਵੰਤ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਦੋ ਬੰਦੇ ਇਹਨਾਂ ਨੇ ਹੋਰ ਕੱਲੇ ਦੋਨੇ ਹੋਰ ਵੀ ਬੰਦੇ ਮਾਰੇ। ਪਰ ਉਹ ਕਿਉਂਕਿ ਫੜੇ ਗਏ ਕੇਸ ਬਣ ਗਏ ਇਸ ਕਰਕੇ ਇਹਨਾਂ ਨੇ ਆਪਣੇ ਕੰਮ ਕਰਨ ਦਾ ਢੰਗ ਬਦਲ ਲਿਆ ਇੱਕ ਚੀਜ਼ ਯਾਦ ਰੱਖੋ ਇਹ ਗੱਲ ਕਹੀ ਜਾਂਦੀ ਹੈ ਕਿ ਬ੍ਰਾਹਮਣ ਕਦੇ ਆਪਣਾ ਟਾਰਗੇਟ ਨਹੀਂ ਮਿਸ ਕਰਦਾ ਉਹ ਆਪਣੇ ਕੰਮ ਕਰਨ ਦਾ ਟਾਰਗੇਟ ਨੂੰ ਅਚੀਵ ਕਰਨ ਦਾ ਢੰਗ ਬਦਲਦਾ ਬਿਲਕੁਲ ਸੋ ਉਹਨਾਂ ਨੇ ਆਪਣਾ ਢੰਗ ਬਦਲ ਲਏ ਨੇ ਢੰਗ ਹੁਣ ਉਹਨਾਂ ਨੇ ਇਹ ਕੀਤਾ ਕਿ ਆਪ ਪੰਗੇ ਲੈਣ ਨਾਲੋਂ ਇਹਨਾਂ ਨੂੰ ਗੋਰਿਆਂ ਤੋਂ ਘਟਵਾਓ ਤੇ ਹੁਣ ਸਾਡੇ ਬੰਦੇ ਇੱਥੇ ਜਿਹੜਾ ਅਸੀਂ ਦੇਖਿਆ ਕਿ ਜਿਵੇਂ ਗਵਰਨਮੈਂਟ ਆਫਿਸਿਸ ਨੇ ਤੁਸੀਂ ਸੋਸਾ ਸਿਕਿਉਰਿਟੀ ਆਫਿਸ ਦੇ ਵਿੱਚ ਜਾਂਦੇ ਹੋ ਡੀਐਮਬੀ ਦੇ ਵਿੱਚ ਜਾਂ ਇਦਾਂ ਦੇ ਜਿਹੜੇ ਹੋਰ ਆਫਿਸਿਸ ਨੇ ਉਹ ਸਿੱਕੀਪੇਖ ਵਾਲੇ ਬੰਦੇ ਉੱਥੇ ਜਾਂਦੇ ਨੇ ਤੇ ਉਹਨਾਂ ਦਾ ਲਾ ਬ੍ਰੇਕ ਕਰਦੇ ਨੇ ਫਿਰ ਉਹ ਉਹਨਾਂ ਨੂੰ ਪੰਜਾਬੀ ਦੇ ਵਿੱਚ ਗਾਣਾ ਵੀ ਕੱਢਦੇ ਨੇ ਉਹ ਬੰਦੇ ਇੱਕ ਤਾਂ ਕਾਨੂੰਨ ਦੀ ਉਲੰਘਣਾ ਕਰਦੇ ਨੇ ਕਿ ਇੱਥੇ ਹਰ ਚੀਜ਼ ਸਿਸਟਮ ਚ ਆ ਲੋਕਾਂ ਕੋਲੇ ਟਾਈਮ ਨਹੀਂ ਲਾਈਨ ਲੱਗੀ ਆ ਤਾਂ ਤੁਸੀਂ ਲਾਈਨ ਚ ਲੱਗ ਕੇ ਆਪਦਾ ਕੰਮ ਕਰਾਓ ਤੁਹਾਡਾ ਫਟਾਫਟ ਕੰਮ ਹੁੰਦਾ ਰਹਿਣਾ ਤੁਹਾਡੀ ਬਾਰੀ ਆਉ ਤੁਹਾਡਾ ਕੰਮ ਹੋ ਜਾਊਗਾ ਜਾਂ ਤੁਸੀਂ ਕੋਈ ਹੋਰ ਕੰਮ ਕਰਨੇ ਨੇ ਉਸ ਦਾ ਕੋਈ ਕਾਨੂੰਨ ਨਾ ਕੋਈ ਦਹਿਰਾ ਤੁਸੀਂ ਉਹ ਜਿਵੇਂ ਲੋਕ ਫੋਲੋ ਕਰਦੇ ਨੇ ਇੱਥੋਂ ਤੱਕ ਇੱਥੋਂ ਦੇ ਲੋਕ ਜਿਵੇਂ ਉਸ ਨੂੰ ਫੋਲੋ ਕਰਦੇ ਨੇ ਤੁਸੀਂ ਉਵੇਂ ਫੋਲੋ ਕਰੋ ਸਾਡੇ ਬੰਦੇ ਜਿਵੇਂ ਉਹਨਾਂ ਨੇ ਕਿਤੇ ਲਿਖਤਾ ਕਿ ਜੀ ਏਰੀਆ ਇਹ ਰੈਸਟ੍ਰਿਕਟਿਡ ਏਰੀਆ ਉਥੇ ਵੀ ਤੁਸੀਂ ਉੱਥੇ ਖੜ੍ਹ ਨਹੀਂ ਸਕਦੇ ਉੱਥੇ ਬਹਿ ਨਹੀਂ ਸਕਦੇ ਇਹ ਉੱਥੇ ਜਾ ਕੇ 10 10 ਬੰਦੇ ਜਾ ਕੇ ਉੱਥੇ ਬਹਿ ਜਾਂਦੇ ਨੇ ਤੇ ਜਦੋਂ ਕੋਈ ਲੋਕ ਉਹਨਾਂ ਨੂੰ ਉਠਾਉਣ ਆਉਂਦੇ ਨੇ ਫਿਰ ਇਹ ਉਹਨਾਂ ਨੂੰ ਪੰਜਾਬੀ ਵਿੱਚ ਗਾਲਾ ਵੀ ਕੱਢਦੇ ਨੇ ਕਈ ਵਾਰੀ ਉੱਥੋਂ ਉੱਠਦੇ ਨਹੀਂ ਹੈਗੇ ਹੁਣ ਉੱਥੇ ਜਿਹੜੇ ਬੱਚੇ ਨੂੰ ਕਾਫੀ ਧੀਰ ਹੋ ਗਈ ਪੰਜਾਬੀਆਂ ਨੂੰ ਬਾਹਰ ਆਏ 100 ਸਾਲ ਦੇ ਕਰੀਬ ਹੋ ਗਏ ਸਾਡੀਆਂ ਇੱਥੋਂ ਦੇ ਬੱਚੇ ਬੱਚੀਆਂ ਜਿਹੜੇ ਕਿ ਸ਼ਾਇਦ ਉਹਨਾਂ ਵਿੱਚੋਂ ਕਈਆਂ ਨੂੰ ਪੰਜਾਬੀ ਨਹੀਂ ਵੀ ਆਉਂਦੀ ਪਰ ਅੰਗਰੇਜ਼ੀ ਆਉਂਦੀ ਆ ਪੰਜਾਬੀ ਉਹ ਸਮਝ ਲੈਂਦੇ ਨੇ ਉਹ ਵੀ ਉੱਥੇ ਕੰਮ ਕਰਦੇ ਨੇ ਉਹੋ ਗੱਲਾਂ ਟਰਾਂਸਲੇਟ ਕਰਕੇ ਵੀ ਅੱਗੇ ਦੱਸ ਦਿੰਦੇ ਨੇ ਸੋ ਲੋਕ ਜਿਹੜੇ ਨੇ ਲੋਕ ਲੋਕ ਅਮਰੀਕਨ ਲੋਕ ਇਸ ਗੱਲ ਤੋਂ ਬਹੁਤ ਦੁਖੀ ਹੋ ਰਹੇ ਨੇ ਹਾਈਵੇ ਤੇ ਖੜ ਕੇ ਜਦੋਂ ਯੂਰੀਨੇਟ ਕਰ ਰਹੇ ਨੇ ਜਦੋਂ ਪਿਸ਼ਾਬ ਵਗੈਰਾ ਕੀਤਾ ਜਾ ਰਿਹਾ ਉੱਥੇ ਤਾਂ ਲੋਕ ਹੌਂਕ ਕਰ ਕਰਕੇ ਲੰਘਦੇ ਨੇ ਜਿਵੇਂ ਹਾਰਨ ਇੰਡੀਆ ਚ ਤਾਂ ਮਾਰਦੇ ਨੇ ਨਾ ਵੀ ਕਿਸੇ ਨੂੰ ਪਾਸੇ ਕਰਨ ਵਾਸਤੇ ਇੱਥੇ ਹੌਂਕ ਦਾ ਮਤਲਬ 네ਗੇਟਿਵ ਹੈ ਇੱਕ ਤਰੀਕੇ ਦੀ ਗਾਲ ਆ ਬਿਲਕੁਲ ਤੇ ਉਹ ਲੋਕ ਹਾਈਵੇ ਤੇ ਹੌਂਕ ਕਰ ਕਰ ਆਨੰਦ ਰਹੇ ਨੇ ਪੱਗਾਂ ਵਾਲੇ ਬੰਦੇ ਕੁਝ ਕਰ ਰਹੇ ਨੇ ਜੇ ਇਹ ਜੇ 2-4 ਕੇਸ ਦੇਖਣਗੇ ਤਾਂ ਅਮਰੀਕਨਾਂ ਨੇ ਸਮਝ ਲੈਣਾ ਵੀ ਇਹ ਲੋਕ ਇੱਥੇ ਮਾੜੇ ਨੇ ਇਹ ਲੋਕ ਸਾਡੇ ਦੇਸ਼ ਨੂੰ ਖਰਾਬ ਕਰ ਰਹੇ ਨੇ ਉਹਨਾਂ ਨੇ ਅਲਟੀਮੇਟਲੀ ਤੁਹਾਡੇ ਖਿਲਾਫ ਗੁੱਸਾ ਕੱਢਣਾ ਸ਼ੁਰੂ ਕਰ ਦੇਣਾ ਇਦਾਂ ਦੇ ਇਸ ਨੂੰ ਫੇਰ ਅਸੀਂ ਇਹ ਕਹਿ ਦਿੰਨੇ ਆ ਕਿ ਇਹ ਜਾਤੀ ਜਾਂ ਇਹ ਨਸਲੀ ਅਟੈਕ ਨਹੀਂ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਆਪਣੇ ਕਸੂਰ ਵੀ ਹੁੰਦੇ ਨੇ ਇਹਨਾਂ ਦਾ ਦੇ ਵਿੱਚ ਪਿੱਛੇ ਜੇ ਇੱਕ ਮਿਲ ਦਾ 2-4 ਕੁ ਵੀਕ ਦੀ ਗੱਲ ਹੋਣੀ ਹੈ ਇੱਕ ਆਪਣਾ ਮੁੰਡਾ ਮਾਰਿਆ ਖੜਾ ਹੋਇਆ ਇਹੋ ਜਿਹੇ ਅਟੈਕ ਹੋਰ ਵੀ ਹੋਏ ਨੇ ਕੈਨੇਡਾ ਦੇ ਵਿੱਚ ਇਹ ਸੁਣਨ ਨੂੰ ਮਿਲਦਾ ਵੀ ਇੱਕ ਵਾਰੀ ਹੁਣ ਤਾਂ ਗੱਲ ਉਹ પ્રાਣੀ ਹੋ ਗਈ ਇੱਕ ਪੋਲਿਟਿਸ਼ੀਅਨ ਨੇ ਇੱਥੋਂ ਤੱਕ ਕਿਹਾ ਸੀ ਕਿ ਜੇ ਮੈਨੂੰ ਮੌਕਾ ਮਿਲੇ ਤਾਂ ਮੈਂ ਜਹਾਜ਼ ਭਰ ਕੇ ਇਹਨਾਂ ਨੂੰ ਆਪਣੇ ਦੇਸ਼ ਹੀ ਛੱਡਿਆਵਾਂ ਇਹਨਾਂ ਦੇਸ਼ ਹੀ ਛੱਡਿਆਵਾਂ ਇਹੋ ਜੀ ਹਾਲਤ ਉੱਤੇ ਸਿੱਖ ਜਿਹੜੇ ਮਤਲਬ 250ਪਰ ਸਿੱਖ ਲੀਡਰਸ਼ਿਪ ਆ ਉਹ ਕੁਝ ਨਹੀਂ ਕਰ ਰਹੀ ਉਹ ਚੁੱਪ ਬੈਠੇ ਨੇ ਮਤਲਬ ਤੁਸੀਂ 40-40 ਸਾਲ ਤੋਂ ਸਿੱਖ ਗੁਰਦੁਆਰਿਆਂ ਤੇ ਸਿੱਖਾਂ ਦੀਆ ਗੋਲਕਾ ਤੇ ਕਾਬਜੋਂ ਮਿਲੀਅਨਜ਼ ਆਫ ਡਾਲਰ ਤੁਸੀਂ ਖਰਾਬ ਕਰ ਚੁੱਕੇ ਹੋ ਤੇ ਉਸ ਨੂੰ ਕਾਊਂਟਰ ਕਰਨ ਵਾਸਤੇ ਤੁਹਾਡੇ ਕੋਲੇ ਕੁਛ ਨਹੀਂ ਅੱਜ ਜਦੋਂ ਸਿੱਖਾਂ ਦੇ ਉੱਤੇ ਇਹੋ ਜਿਹੇ ਹਮਲੇ ਹੋ ਰਹੇ ਨੇ ਤਾਂ ਤੁਸੀਂ ਚੁੱਪ ਕਰਕੇ ਘਰਾਂ 'ਚ ਬਹਿ ਗਏ। ਇਹ ਇਸ ਨੂੰ ਨਾ ਤਾਂ ਪੰਜਾਬ ਵਿਚਲੀ ਜਿਹੜੀ ਸਿੱਖ ਲੀਡਰਸ਼ਿਪ ਆ ਇਸ ਨੂੰ ਅਸਲ ਦੇ ਵਿੱਚ ਐਸਜੀਪੀਸੀ ਜਾਂ ਅਕਾਲੀ ਦਲ ਨੂੰ ਐਕਟਿਵ ਹੋਣਾ ਚਾਹੀਦਾ ਉਹ ਬਿਲਕੁਲ ਡੈੱਡ ਹੋ ਕੇ ਬੈਠ ਗਏ ਨੇ। ਬਾਹਰ ਵਾਲੇ ਸਿੱਖ ਵੀ ਬਾਹਰ ਵਾਲੀ ਸਿੱਖ ਲੀਡਰਸ਼ਿਪ ਵੀ ਕੋਈ ਬਹੁਤਾ ਕੁਝ ਨਹੀਂ ਕਰ ਰਹੀ। ਸੋ ਮਾ ਮਾਚਰੀ ਮੈਂਟੈਲਿਟੀ ਮੈਂ ਜਿਹੜੀ ਮੈਂਟੈਲਿਟੀ ਸੋਰੀ ਵਿੱਚ ਬੋਲ ਰਿਹਾ ਜਿਹੜੀ ਦੇਖ ਰਿਹਾ ਉਹ ਮੈਂਟੈਲਿਟੀ ਬਾਹਰ ਵੀ ਆਈ ਪਹੁੰਚ ਗਈ ਹੈ ਕਿ ਭਈ ਸਾਡੇ ਬੱਚੇ ਨੇ ਤੇ ਇਹਨਾਂ ਨੂੰ ਫ੍ਰੀ ਰਾਸ਼ਨ ਦੇ ਦੋ ਕੰਮ ਨਹੀਂ ਹੈਗਾ ਫ੍ਰੀ ਆ ਕਰ ਦੋ ਫ੍ਰੀ ਉਹ ਕਰ ਦੋ ਤੇ ਫ੍ਰੀ ਕਲਚਰ ਵਿੱਚ ਉਹ ਉਹਨਾਂ ਨੂੰ ਹੋਰ ਵਿਗਾਰ ਦੇ ਪਏ ਨੇ ਤੇ ਉਹ ਹੜਦੰਗੀ ਹੋਰ ਜ਼ਿਆਦਾ ਬਣਦੇ ਪਏ ਨੇ। ਓਵਰ ਆਲ ਪੂਰੇ ਦੇ ਪੂਰੇ ਪੰਥਾ ਕਾਕਸ ਤੇ ਸਿੱਕੋਂਡਾਕਸ ਖਰਾਬ ਹੋ ਰਿਹਾ ਹੈ। ਬੜੀ ਕੀ ਰਾ। ਅੱਛਾ ਉਹਦੇ ਨਾਲ ਤਾਂ ਇੱਕ ਤਾਂ ਅੱਖ ਸੇ ਖਰਾਬ ਹੋ ਰਿਹਾ। ਠੀਕ ਆ ਲੋਕ ਸਾਤੋਂ ਵੀ ਪੁੱਛਦੇ ਨੇ ਕਿ ਤੁਹਾਡੇ ਬੰਦੇ ਐ ਕਿਉਂ ਕਰਦੇ ਨੇ? ਇਹ ਕਿਉਂ ਆ ਕਰ ਰਹੇ ਨੇ? ਹਾਲਾਂਕਿ ਉਹ ਜ਼ਿਆਦਾਤਰ ਬੰਦੇ ਸਾਡੇ ਬੰਦੇ ਨਹੀਂ ਹੈਗੇ। ਜੀ। ਉਹ ਉਹ ਸਿੱਕੀ ਭੇਖ ਦੇ ਵਿੱਚ ਬ੍ਰਾਹਮਣਵਾਦ ਵੱਲੋਂ ਭੇਜੇ ਗਏ ਲੋਕ ਨੇ। ਤੋ ਸਾਡੇ ਵਾਸਤੇ ਇੱਥੇ ਕੀ ਬਣਦਾ ਕਿ ਜੋ ਵੀ ਬੰਦਾ ਤੁਹਾਨੂੰ ਸਟੂਡੈਂਟ ਵਿਜ਼ਿਟ ਤੇ ਇਲੀਗਲ ਆਉਂਦਾ ਉਸ ਨਾਲ ਡੀਲ ਕਰਨ ਵਾਸਤੇ ਤੁਸੀਂ ਕਨਫਰਮ ਕਰ ਲਓ ਕਿ ਉਹ ਬੰਦਾ ਪੰਜਾਬੀ ਹੈ ਵੀ ਪੰਜਾਬ ਤੋਂ ਆਇਆ ਕਿਹੜੀ ਜਗ੍ਹਾ ਤੋਂ ਆਇਆ ਜੇ ਤੁਹਾਨੂੰ ਉਸ ਤੇ ਸ਼ੱਕ ਹੁੰਦਾ ਤਾਂ ਉਸ ਤੋਂ ਪਿੱਛੇ ਹੋ ਜੋ ਔਰ ਅਥਾਰਟिटीज ਨੂੰ ਉਹਦੇ ਬਾਰੇ ਜਾਣਕਾਰੀ ਦਿਓ ਜੇ ਕੋਈ ਬੰਦਾ ਗਲਤ ਕੰਮ ਕਰਦਾ ਮਿਲਦਾ ਤਾਂ ਉਸ ਉਸ ਨੂੰ ਕੋਹ ਵੀ ਉਹਨੂੰ ਰੋਕਣ ਦੀ ਕੋਸ਼ਿਸ਼ ਕਰੋ ਔਰ ਇੱਥੋਂ ਦੀਆਂ ਲੋਕਲ ਅਥਾਰਟिटीज ਨੂੰ ਉਸ ਬਾਰੇ ਜਾਣਕਾਰੀ ਦਿਓ ਹੁਣ ਮੈਂ ਤੁਹਾਨੂੰ ਇੱਕ ਮੇਰੇ ਨਾਲ ਹੋਈ ਗੱਲ ਦੱਸ ਰਿਹਾ ਜੀ ਮੈਂ ਵਾਕ ਕਰ ਰਿਹਾ ਸੀ ਇੱਕ ਬੰਦਾ ਜਿਸਨੇ ਗੋਲ ਪੱਗ ਬੰਨੀ ਹੋਈ ਆ ਉਹਦੀ ਉਮਰ ਕੋਈ 35 ਸਾਲ ਦੇ ਕਰੀਬ ਹੋਗੀ ਨਾਲ ਉਸਦੇ ਇੱਕ ਔਰਤ ਜਾ ਰਹੀ ਆ ਉਸਨੇ ਕਾਫੀ ਸਾਰੇ ਥੱੱਬਾ ਫੜਿਆ ਹੋਇਆ ਕਾਗਜ਼ਾਂ ਦਾ ਤੇ ਉਹ ਐ ਖਿਲਾਫ ਦਾ ਤੁਰਿਆ ਜਾ ਰਿਹਾ ਉਹ ਬੰਦੇ ਨੂੰ ਮੈਂ ਪਹਿਲਾਂ ਕਦੇ ਸਾਡੇ ਇਸ ਏਰੀਆ ਦੇ ਵਿੱਚ ਨਹੀਂ ਦੇਖਿਆ। ਸੋ ਕੋਈ ਬੰਦਾ ਸ਼ੱਕੀ ਸੀਗਾ। ਜਾਂ ਤਾਂ ਉਸ ਬੰਦੇ ਨੂੰ ਰੋਕੋ। ਜੇ ਉਹ ਬੰਦਾ ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੁਕਿਆ ਨਹੀਂ। ਪਰ ਜੇ ਮੈਨੂੰ ਉਹ ਨੈਕਸਟ ਟਾਈਮ ਮਿਲਦਾ ਜਾਂ ਮੈਂ ਉਸ ਨੂੰ ਦੇਖ ਲੈਂਦਾ ਤਾਂ ਮੈਂ ਫਿਰ ਅਥਾਰਟੀਜ਼ ਨੂੰ ਦੱਸਦਾ। ਰਾਈਟ ਪੁਲਿਸ ਨੂੰ ਕਾਲ ਕਰਕੇ ਦੱਸੋ ਕਿ ਇਦਾਂ ਦੀ ਐਕਟੀਵਿਟੀ ਕਰ ਰਿਹਾ। ਆਦਰਵਾਇਜ਼ ਕੀ ਹੁੰਦਾ? ਕਿ ਗੋਰੇ ਦੇਖਦੇ ਨੇ ਉਸ ਦਾ ਇਮੇਜ ਇਹ ਆ ਵੀ ਜਿਸ ਵੀ ਬੰਦੇ ਨੇ ਪੱਗ ਬੰਨੀ ਹੋਊਗੀ ਠੀਕ ਆ ਉਹ ਸਾਰਿਆਂ ਨੇ ਉਹਨਾਂ ਨੇ ਪੱਗ ਬੰਨੀ ਵਾਲੇ ਬੰਦੇ ਦੇ ਉੱਤੇ ਇਹ ਸੋਚਣਾ ਵੀ ਇਹ ਲੋਕ ਇੱਕੋ ਜਿਹੇ ਨੇ ਬਿਲਕੁਲ ਕਿ ਕੁਦਰਤੀ ਆ ਸਾਨੂੰ ਲੱਗਦਾ ਵੀ ਐ ਨਹੀਂ ਹੁੰਦਾ ਵੀ ਸਾਰੇ ਬੰਦੇ ਸਾਨੂੰ ਵੀ ਪਤਾ ਨਹੀਂ ਹੁੰਦੇ ਪਰ ਜਦੋਂ ਤੁਸੀਂ ਵਿਦੇਸ਼ੀ ਹੋ ਤਾਂ ਲੋਕਲ ਬੰਦਾ ਤੁਹਾਡੇ ਬਾਰੇ ਇਹੀ ਅਮਜ ਲੈਂਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੰਨਾ ਜਦੋਂ ਅਸੀਂ ਇਸ ਦੇਸ਼ 'ਚ ਆਏ ਆ ਤਾਂ ਅਸੀਂ ਕਾਰ ਚ ਜਾ ਰਹੇ ਸੀ ਕਿਤੇ ਅਸੀਂ ਰੁਕੇ ਕੁਝ ਖਾਣ ਵਾਸਤੇ ਤਾਂ ਉੱਥੇ ਘੱਟੋ ਘੱਟ ਸਾਨੂੰ 5 ਬੰਦੇ ਆਏ ਜਿਨ੍ਹਾਂ ਨੇ ਸਾਨੂੰ ਪੁੱਛਿਆ ਆਰ ਯੂ ਡਾਕਟਰ ਉਹਨਾਂ ਨੇ ਸਾਨੂੰ ਪੁੱਛਿਆ ਕਿ ਤੁਸੀਂ ਡਾਕਟਰ ਹੋ ਕਿਉਂਕਿ ਸਾਡੇ ਵੀ ਪੱਗਾ ਬੰਨੀਆਂ ਸੀਗੀਆਂ ਤੇ ਉਸ ਇਲਾਕੇ ਦੇ ਵਿੱਚ ਪੱਗਾਂ ਵਾਲੇ ਬਹੁਤ ਡਾਕਟਰ ਸੀ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਜਿਹੜੇ ਪੱਗਾ ਵਾਲੇ ਨੇ ਸਾਰੇ ਡਾਕਟਰ ਹੁੰਦੇ ਨੇ ਜਦੋਂ ਕਿ ਸਾਰੀ ਕਮਿਊਨਿਟੀ ਦਾ ਡਾਕਟਰ ਨਹੀਂ ਹੋ ਸਕਦੀ ਤੇ ਐਵੇਂ ਜਿੱਕ ਨਹੀਂ ਜੇ ਆਪਾਂ ਮਾੜੇ ਕੰਮ ਕਰਾਂਗੇ ਤਾਂ ਫਿਰ ਉਹਨਾਂ ਨੇ ਸਾਨੂੰ ਕਹਿਣਾ ਵੀ ਤੁਸੀਂ ਉਹ ਮਾੜੇ ਕੰਮ ਕਰਨ ਵਾਲੇ ਲੋਕ ਹੋ। ਸੋ ਇਹ ਕੰਮ ਸਾਡੀ ਇੰਡੀਵਿਜੂਅਲ ਇੰਡੀਵਿਜੂਅਲ ਲੈਵਲ ਦੇ ਉੱਤੇ ਜ਼ਿੰਮੇਵਾਰੀ ਆ ਕਿ ਅਸੀਂ ਆਪਣੇ ਆਪ ਨੂੰ ਆਪਣੇ ਕੈਰੇਕਟਰ ਨੂੰ ਆਪ ਬਿਲਡ ਕਰੀਏ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਵਰਗਾ ਕੋਈ ਬੰਦਾ ਜਿਸ ਨੂੰ ਤੁਸੀਂ ਨਹੀਂ ਜਾਣਦੇ ਗਲਤ ਕੰਮ ਕਰ ਰਿਹਾ ਉਹ ਅਥਾਰਟੀ ਨੂੰ ਦੱਸੋ। ਤਾਂ ਇੱਥੇ ਇੱਕ ਸਵਾਲ ਹੋਰ ਉੱਠ ਜਾਂਦਾ ਜੀ। ਅਸੀਂ ਪਹਿਲਾਂ ਮੈਂ ਇੱਕ ਵੀਡੀਓ ਬਣਾਈ ਸੀ ਹੋਵੇ 4 ਸਾਲ ਉਹ ਮੈਂ ਵੀਡੀਓ ਐਸੇ ਚੀਜ਼ ਤੇ ਬਣਾਈ ਸੀ ਕਿ ਭਈ ਜਿਹੜੇ ਚਿੱਠੀਆਂ ਲੈ ਕੇ ਬੰਦੇ ਗਏ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਬੰਦੇ ਡੀਪ ਸਟੇਟ ਤੇ ਚਲੇ ਗਏ ਨੇ ਰਾਹ ਦੇ ਚਲੇ ਗਏ ਨੇ ਉਸ ਤੋਂ ਪਹਿਲਾਂ ਕੇ ਪੀ ਐਸ ਗਿੱਲ ਨੇ ਤੇ ਉਹਦੇ ਬੰਦਿਆਂ ਨੇ ਬੰਦੇ ਭੇਜੇ ਔਰ ਗੁਰਦੁਆਰਿਆਂ 'ਚ ਅਡਜਸਟ ਕਰਾਏ ਕਿ ਭਈ ਗੁਰਦੁਆਰੇ ਵਾਲਿਆਂ ਨੂੰ ਇਹ ਤੇ ਸਿੱਖ ਡਾਇਸਪੋਰਾ ਨੂੰ ਵੀ ਉਹਨਾਂ ਦੀ ਪੁਣਛਾਨ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਹੀ ਸੰਭਾਲਣਾ ਸ਼ੁਰੂ ਨਹੀਂ ਕਰ ਦੇਣਾ ਚਾਹੀਦਾ ਜਾਂ ਸਾਰਿਆਂ ਵਾਸਤੇ ਹੀ ਤਰਸ ਨਹੀਂ ਖਾ ਲੈਣਾ ਚਾਹੀਦਾ ਤੇ ਮੇਂ ਬੜਾ ਆਲੋਚਨਾ ਹੋਈ ਮੇਰੀ ਕਿ ਜੀ ਤੁਸੀਂ ਬੰਦੇ ਵਾਪਸ ਪਿਛਵਾਉਣਾ ਚਾਹੁੰਦੇ ਹੋ ਤੁਸੀਂ ਬੰਦੇ ਉਹ ਉਖਾੜਨਾ ਚਾਹੁੰਦੇ ਹੋ ਤੁਸੀਂ ਆਹ ਕਰਨਾ ਚਾਹੁੰਦੇ ਹੋ ਅੱਜ ਮੈਂ ਉਹੀ ਸਵਾਲ ਫੇਰ ਸਿੱਖਾਂ ਸਾਹਮਣੇ ਰੱਖ ਰਿਹਾ ਕਿ ਜੇ ਤੁਸੀਂ ਉਸ ਵੇਲੇ ਆ ਸੰਭਾਲ ਕੀਤੀ ਹੁੰਦੀ ਤੇ ਤੁਹਾਨੂੰ ਅੱਜ ਦੇ ਆ ਮਾੜੇ ਹਾਲਾਤ ਨਾ ਦੇਖਣੇ ਪੈਂਦੇ ਤੇ ਆਪਣਾ ਅਕਸ ਜਿਹੜਾ ਨਾ ਖਰਾਬ ਕਰਾ ਲਿਆ ਨਾ ਕਰਾਣਾ ਪੈਂਦਾ ਅੱਜ ਵੀ ਸਰਦਾਰ)^{(1)}^{(2)}^{(3)}^{(4)}$^{(5)}$^{(6)}$^{(7)}$^{(8)}$^{(9)}$^{(10)}$^{(11)}$^{(12)}$^{(13)}$^{(14)}$^{(15)}$^{(16)}$^{(17)}$^{(18)}$^{(19)}$^{(20)}$^{(21)}$^{(22)}$^{(23)}$^{(24 ਕਿ ਜਿਹੜੇ ਅੰਝ ਦੇ ਗਲਤ ਕੰਮ ਕਰਦੇ ਨੇ ਉਹਨਾਂ ਦੀ ਰਿਪੋਰਟ ਕਰੋ ਐਨਾ ਸੋਚੋ ਕਿ ਬਈ ਆਇਆ ਪਤਾ ਨਹੀਂ ਕਿ ਕਿਵੇਂ ਆਇਆ ਕੀ ਆਇਆ ਆਪਾਂ ਦੀ ਹੈਲਪ ਕਰੀਏ ਆ ਗੱਲਾਂ ਤੁਸੀਂ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰੋਗੇ ਜਿਹੜੀ 100 200 ਸਾਲ ਵਿੱਚ ਤੁਸੀਂ ਆਪਣੀ ਇਮੇਜ ਕ੍ਰੀਏਟ ਕੀਤੀ ਹੈ ਆਪਣੀ ਇੱਕ ਥਾਂ ਬਣਾਈ ਹੈ ਉਹ ਉਥੋਂ ਦੇ ਪੋਲਿਟਿਕਸ ਵਿੱਚ ਵੀ ਬਣਾਈ ਹੈ ਉਥੋਂ ਦੇ ਸਮਾਜ ਵਿੱਚ ਵੀ ਬਣਾਈ ਹੈ ਉੱਤੋਂ ਦੇ ਅਧਿਆਤਮਿਕਤਾ ਵਿੱਚ ਵੀ ਬਣਾਈਆ ਉੱਤੋਂ ਦੇ ਐਜੂਕੇਸ਼ਨ ਪੈਟਰਨ ਵਿੱਚ ਵੀ ਬਣਾਈਆ ਉੱਤੋਂ ਦੇ ਬਿਊਰੋਕ੍ਰੇਸੀ ਵਿੱਚ ਵੀ ਬਣਾਈਆ ਉਹ ਸਾਰੀ ਤਬਾਹ ਹੋਣੀ ਚ ਤੁਹਾਡੇ ਜ਼ਿਆਦਾ ਟਾਈਮ ਨਹੀਂ ਚ ਲੱਗਣਾ ਤੇ ਇਸ ਖਤਰੇ ਨੂੰ ਹਮੇਸ਼ਾ ਯਾਦ ਰੱਖੋ ਜੀ ਤੇ ਹੁਣ ਦੂਜੇ ਪਾਸੇ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਨੇ ਰਾਈਟ ਸਿੱਖ ਨੇ ਜਿਹੜੇ ਉਹਨਾਂ ਕੋਲੇ ਕੁਝ ਪੈਸਾ ਹੈਗਾ ਉਹੋ ਆਜ਼ਾਦੀ ਵਾਸਤੇ ਉਹ ਪੈਸਾ ਸਪੈਂਡ ਕਰਦੇ ਨੇ ਡੋਨੇਟ ਕਰਦੇ ਨੇ ਕੋਈ ਦਸਵੰਦ ਕੱਢਦੇ ਨੇ ਕੁਝ ਹੋਰ ਡੋਨੇਸ਼ਨ ਦਿੰਦੇ ਨੇ ਸੋ ਸਿੱਖਾਂ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਦਾ ਇੱਕ ਨਵਾਂ ਤਰੀਕਾ ਇਹਨਾਂ ਨੇ ਲੱਭ ਲਿਆ ਜਿਵੇਂ ਪੰਜਾਬ ਨੂੰ ਲੁੱਟਿਆ ਹੁਣ ਅਮਰੀਕਾ ਦੇ ਵਿੱਚ ਤਾਂ ਸਿੱਖਾਂ ਨੂੰ ਉਸ ਢੰਗ ਨਾਲ ਲੁੱਟਿਆ ਨਹੀਂ ਜਾ ਸਕਦਾ ਪਰ ਉਹਨਾਂ ਨੇ ਤਰੀਕਾ ਬੜਾ ਵਧੀਆ ਲੱਭਿਆ ਹੁਣ ਹਰਿਆਣੇ ਤੋਂ ਯੂਪੀ ਤੋਂ ਬਹੁਤ ਲੋਕ ਇਹਨਾਂ ਨੇ ਅਮਰੀਕਾ ਚ ਭੇਜੇ ਨੇ ਨਾਰਮਲੀ ਸਾਡੀ ਜਿਹੜੀ ਕਮਿਊਨਿਟੀ ਹੈ ਇੱਥੇ ਉਹ ਜਾਦਾ ਟੈਕਸੀ ਚਲਾਉਂਦੀ ਹੈ ਬਹੁਤ ਜ਼ਿਆਦੇ। ਜਾਂ ਉਹ ਟਰੱਕ ਚਲਾਉਂਦੀ ਆ। ਜਾਂ ਉਹਨਾਂ ਕੋਲੇ ਸਟੋਰ ਨੇ। ਜਾਂ ਉਹ ਸਟੋਰਾਂ ਤੇ ਕੰਮ ਕਰਦੇ ਨੇ। ਉਹ ਕੀ ਕਰ ਰਹੇ ਨੇ? ਆਰਐਸਐਸ ਨੇ ਭਾਰਤੀਆਂ ਖੂਫੀਆ ਤੰਤਰ ਨੇ ਆਪਣੇ ਬੰਦੇ ਹਰਿਆਣੇ ਤੋਂ ਯੂਪੀ ਤੋਂ ਇੱਧਰ ਭੇਜੇ। ਉਹਨਾਂ ਨੇ ਕੀ ਕੀਤਾ ਨਵੀਆਂ ਟੈਕਸੀਆਂ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਆਰਐਸਐਸ ਨੇ ਜਾਂ ਜਿਹੜੀਆਂ ਹੋਰ ਹਿੰਦੂ ਤਨਜ਼ੀਮਾਂ ਨੇ ਕੋਨਾ ਨੇ ਜਿਹੜੇ ਹਿੰਦੂ ਹਰਿਆਣੇ ਤੇ ਯੂਪੀ ਤੋਂ ਆਏ ਸੀ ਉਹਨਾਂ ਨੂੰ ਫ੍ਰੀ ਲੈ ਕੇ ਦੇ ਰਹੇ ਨੇ ਉਹਨਾਂ ਨੂੰ ਫ੍ਰੀ ਲੈ ਕੇ ਦੇ ਰਹੇ ਨੇ ਉਹਨਾਂ ਨੂੰ ਸਟੋਰਾਂ ਤੇ ਕੰਮ ਕਰ ਰਹੇ ਨੇ ਬੜੇ ਚੀਪ ਲੈਵਲ ਦੇ ਉੱਤੇ ਕੰਮ ਕਰ ਰਹੇ ਨੇ ਵੀ ਸਾਨੂੰ ਰੋਟੀਆਂ ਦੇ ਦਿਓ ਅਸੀਂ ਤੁਹਾਡੇ ਕੰਮ ਕਰਾਂਗੇ ਹੁਣ ਜੇ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੰਡਣਾ ਵੀ ਇੱਕ ਗੇੜਾ ਹੈ ਜਿਹਦੇ ਚ 1000 ਡਾਲਰ ਦਾ ਗੇੜਾ ਉਹ ਤੁਹਾਨੂੰ ਮਿਲਦਾ ਉਹਦੇ ਚ ਤੁਹਾਡਾ ਹੋ ਸਕਦਾ ਕਿ 700 ਡਾਲਰ 600 ਡਾਲਰ ਖਰਚ ਆ ਜੇ ਉਹਦੇ ਚ ਤੁਹਾਨੂੰ 400 ਡਾਲਰ ਬਚ ਰਹੇ ਉਹਦੇ ਚ ਫਿਰ ਤੁਹਾਡੀ ਟਰੱਕ ਦੀ ਭੱਜ ਨੱਠ ਤੁਹਾਡੀ ਆਪਣੀ ਦਿਹਾੜੀ ਵੀ ਹੁੰਦੀ ਹੈ ਹੁਣ ਜਿਹੜੇ ਬੰਦੇ ਆਏ ਨੇ ਇਹ ਇਹਨਾਂ ਨੇ ਰੇਟ ਛੱਡਤੇ ਜਿਹੜਾ 1000 ਦਾ ਸੀ ਉਹ 700 'ਚ ਚੱਕ ਲਿਆ ਕਿਉਂਕਿ ਇਹਨਾਂ ਦਾ ਤਾਂ ਪੈਸਾ ਲੱਗਿਆ ਨਹੀਂ ਹੋਇਆ ਆਪਦੇ ਕੋਲੋਂ ਪੈਸਾ ਸਰਕਾਰ ਦਾ ਸਰਕਾਰ ਵਾਸਤੇ ਪੈਸਾ ਕੁਛ ਨਹੀਂ ਤੇ ਜਿਆਦੇ ਲੋਡ ਉਹ ਚੱਕਣ ਲੱਗੇ ਤੇ ਜਿਹੜੇ ਆਪਣੇ ਬੰਦੇ ਕੰਮ ਕਰਦੇ ਸੀ ਉਹ ਜਾਂ ਤਾਂ ਘਰੇ ਬੈਠਣਗੇ ਤੇ ਜਾਂ ਉਹ ਵੀ 700 ਡਾਲਰ 'ਚ ਚੱਕਣਗੇ ਜੇ 700 ਡਾਲਰ 'ਚ ਚੱਕਣਗੇ ਤਾਂ ਉਹਨਾਂ ਦਾ ਭਰਤਾ ਨਹੀਂ ਖਾਂਦਾ ਘੱਟੇ ਚ ਜਾਂਦੇ ਨੇ ਇਹੀ ਕੰਮ ਟੈਕਸੀਆਂ ਚ ਕਰਤਾ ਕਰ ਰਹੇ ਨੇ। ਇਹੀ ਕੰਮ ਸਟੋਰਾਂ ਚ ਕਰ ਰਹੇ ਨੇ। ਤੇ ਜੇ ਤੁਹਾਡਾ ਲੱਕ ਉਹਨਾਂ ਨੇ ਇਸ ਢੰਗ ਨਾਲ ਤੋੜਤਾ ਇੱਕ ਤਾਂ ਤੁਹਾਡੀ ਨਫ਼ਰਤ ਵੱਧ ਜੂਗੀ ਉਹਨਾਂ ਲੋਕਾਂ ਨਾਲ ਕਿਉਂਕਿ ਹੁਣ ਨਫ਼ਰਤ ਵੱਧ ਨਹੀਂ ਸ਼ੁਰੂ ਹੋਗੀ ਆ ਸਾਡੀ। ਸਾਡੇ ਲੋਕਾਂ ਦੇ ਵਿੱਚ ਤੇ ਜਿਹੜੇ ਹਰਿਆਣੇ ਯੂਪੀ ਤੋਂ ਹਿੰਦੂ ਆਏ ਨੇ ਉਹਨਾਂ ਦੇ ਵਿੱਚ ਤੇ ਸਿੱਖਾ ਦੇ ਵਿੱਚ ਇਸ ਗੱਲੋਂ ਨਫ਼ਰਤ ਆ ਗਈ ਕਿ ਸਾਡਾ ਬਿਜ਼ਨਸ ਖੋ ਰਹੇ ਨੇ, ਸਾਡਾ ਨੁਕਸਾਨ ਕਰ ਰਹੇ ਨੇ। ਇੱਕ ਤਾਂ ਉਹ ਤੁਹਾਡੀ ਨਫ਼ਰਤ ਇੱਕ ਦੂਜੇ ਦੇ ਖਿਲਾਫ਼ ਪੈ ਗਈ ਦੂਜਾ ਤੁਸੀਂ ਫਾਈਨੈਂਸ਼ੀਅਲੀ ਡੀਗ੍ਰੇਡ ਹੋਵੋਗੇ ਜੋ ਤੁਸੀਂ ਦਸਬੰਦ ਆਪਣੀ ਆਜ਼ਾਦੀ ਦੀ ਕੱਢਦੇ ਸੀ ਉਹ ਆਜ਼ਾਦੀ ਦੀ ਆਪਣਾ ਦਸਬੰਦ ਕੱਢਣੋਂ ਹਟੋਗੇ ਤੁਹਾਡੀਆਂ ਆਜ਼ਾਦੀ ਦੀਆਂ ਜਿਹੜੀਆਂ ਲਹਿਰਾਂ ਚੱਲਦੀਆਂ ਸੀ ਉਹਨਾਂ ਨੂੰ ਸੱਟ ਵੱਜੂਗੀ ਮੈਂ ਆਹ ਗੱਲ ਤਾਂ ਬੜੀ ਦੂਰ ਦੀ ਹੈ ਸਰਦਾਰ ਸਾਹਿਬ ਕੇ ਆਜ਼ਾਦੀ ਦੀਆਂ ਲਹਿਰਾਂ ਨੂੰ ਸੱਟ ਵੱਜੂਗੀ ਤੁਹਾਡੇ ਆਪਣੇ ਉਥੋਂ ਦੇ ਟੱਬਰ ਦੇ ਖਰਚੇ ਚੱਲਣੇ ਓਕੇ ਹੋ ਜਾਣੇ ਨੇ ਬਿਲਕੁਲ ਓਕੇ ਹੋ ਜਾਣਗੇ ਜੀ ਉਕੇ ਟੋਟਲ ਕੰਗਾਲੀ ਵਾਲੇ ਪਾਸੇ ਇੱਕ ਪਾਸੇ ਤਾਂ ਹੈ ਕਿ ਤੁਸੀਂ ਆਪਣੀ ਦਸਾਂ ਨੂੰ ਆਂਦੀ ਕਿਰਤ ਤੇ ਉਹ ਬਿਜ਼ਨਸ ਚਲਾ ਰਹੇ ਹੋ ਤੇ ਜਿਹੜੇ ਦੂਸਰੇ ਜਿਹੇ ਅਨਸਰ ਪੈਦਾ ਕੀਤੇ ਗਏ ਨੇ ਉਹਨਾਂ ਨੂੰ ਪੰਜਾਬੀ ਵੀ ਸਿਖਾਈ ਗਈ ਆ ਜੋ ਮੈਂ ਬੜੇ ਥਾਵਾਂ ਤੇ ਦੇਖਿਆ ਬੜੀਆਂ ਰਿਪੋਰਟਾਂ ਮੇਰੇ ਕੋਲ ਪਹੁੰਚੀਆਂ ਨੇ ਉਹ ਪੱਗਾਂ ਵੀ ਬਸੋਣੀਆਂ ਬਣ ਲੰਨ ਜਾਂਦੇ ਨੇ ਉਹ ਗੋਲ ਦਸਤਾਰੇ ਤੇ ਕਿਰਪਾਨਾਂ ਵੀ ਪਾਣੀਆਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ ਤੇ ਉਹ ਤੁਹਾਡੇ ਤੁਹਾਡੇ ਹੀ ਬਿਜ਼ਨਸ ਵਿੱਚ ਵੱੜ ਕੇ ਤੁਹਾਡੇ ਤੋਂ ਸਸਤੇ ਲੋੜ ਚੁੱਕਣ ਲੱਗ ਗਏ ਨੇ ਤੇ ਫਿਰ ਉਹਨਾਂ ਦੇ ਖਰਚੇ ਕਿਵੇਂ ਚੱਲ ਰਹੇ ਨੇ ਤੁਹਾਡੇ ਟਰੱਕ ਵੀ ਚੱਲ ਰਹੇ ਨੇ ਸਰਕਾਰੀ ਬੰਦੇ ਨੇ ਨਾ ਜੀ ਹਾਂ ਮੈਂ ਮੈਂ ਉਹੀ ਸਮਝਾਣਾ ਚਾ ਰਿਹਾ ਬਈ ਤੁਸੀਂ ਇਹ ਸੋਚੋ ਕਿ ਉਹਨਾਂ ਦੇ ਖਰਚੇ ਫਿਰ ਕਿਵੇਂ ਚੱਲ ਰਹੇ ਨੇ ਨੇਚਰਲੀ ਉਹਨਾਂ ਦੇ ਪਿੱਛੇ ਡੀਪ ਸਟੇਟ ਹੈ ਸਰਕਾਰ ਹੈ ਕਿਹੜੀ ਸਰਕਾਰ ਹੈ ਉਹ ਮੈਨੂੰ ਕਹਿਣ ਦੀ ਇੱਥੇ ਬੈਠ ਕੇ ਲੋੜ ਨਹੀਂ ਤੁਸੀਂ ਆਪ ਸਮਝਦੇ ਹੋ ਜੇ ਡੋਵਾਲ ਸਾਹਿਬ ਬੈਨ ਹੋਏ ਨਹੀਂ ਮੈਂ ਇੱਕ ਬੜੀ ਵੱਡੀ ਗੱਲ ਤੁਹਾਨੂੰ ਸਮਝਾਉਣ ਲੱਗਾ ਸਿੱਖ ਡਾਇਸਪੋਰਾ ਨੂੰ ਔਰ ਇੰਡੀਆ ਵਿੱਚ ਰਾ ਕੇ ਮੈਂ ਐਸੇ ਖਤਰੇ ਲੈ ਕੇ ਤੁਹਾਨੂੰ ਸਿੱਧਾ ਸਮਝਾਵਾਂ ਫੇਰ ਵੀ ਮੈਨੂੰ ਨਹੀਂ ਸਮਝ ਆ ਰਹੀ ਕਿ ਤੁਸੀਂ ਕਿਉਂ ਨਹੀਂ ਸਮਝ ਰਹੇ ਕਿਉਂ ਅਲਰਟ ਨਹੀਂ ਹੋ ਰਹੇ ਤੇ ਕਿਉਂ ਜਜ਼ਬਾਤੀ ਹੋਏ ਫਿਰਦੇ ਹੋ ਮੂਵਮੈਂਟਾਂ ਵੀ ਤਾਂ ਹੀ ਚੱਲਣਗੀਆਂ ਔਰ ਤੁਹਾਡੇ ਤੰਬਰ ਵੀ ਤਾਂ ਹੀ ਚੱਲਣਗੇ ਜੇ ਇਹ ਇੱਕ ਬੰਦਾ ਹੁਣ ਬੈਨ ਹੋਇਆ ਉਸ ਤੇ ਖਤਰਾ ਮੰਡਰਾ ਰਿਆ ਪਰ ਤੁਸੀਂ ਇਹ ਦੇਖੋ ਕਿ ਉਹ ਡੀਪ ਸਟੇਟ ਜਾਂ ਉਹ ਸਟੇਟ ਜਿਹੜੀ ਹੈ ਸਾਰੇ ਕੰਮ ਕਰਾ ਰਹੀ ਏ ਉਸ ਦਾ ਫੋਰਨ ਮਨਿਸਟਰ ਪਿਛਲੇ 2 ਹਫਤਿਆਂ ਤੋਂ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕਿਸੇ ਵਜ੍ਹਾ ਤੋਂ ਬਿਨਾਂ ਕਿਸੇ ਸਰਕਾਰੀ ਇਹ ਅਪੁਆਇੰਟਮੈਂਟਾਂ ਰੁਝੇਵੇਂ ਤੋਂ ਉਹ 2 ਹਫਤਿਆਂ ਤੋਂ ਅਮਰੀਕਾ ਵਿੱਚ ਕੀ ਕਰਦਾ ਰਿਹਾ ਕਿਉਂ ਬੈਠਾ ਸੀ ਸਾਡੇ ਲਈ ਬੈਠਾ ਸੀ ਕਿਹੜੇ ਸੈਟਅਪ ਕਰਾ ਰਿਹਾ ਸੀ ਇਸ ਪਾਸੇ ਥੋੜਾ ਜਿਹਾ ਗੋਰ ਰੱਖਿਆ ਕਰੋ ਜੀ ਤੇ ਦੂਜੇ ਪਾਸੇ ਸਾਡੇ ਲੋਕ ਆਪਸ 'ਚ ਲੜੀ ਜਾਂਦੇ ਨੇ ਦੋ ਸੰਸਥਾਵਾਂ ਨੇ ਇੱਕ ਪਾਸੇ ਤਾਂ ਉਹਨਾਂ ਦੀਆਂ ਸਾਰੀਆਂ ਸੰਸਥਾਵਾਂ ਇੱਕ ਦੂਜੇ ਨਾਲ ਰਲ ਕੇ ਚੱਲ ਰਹੀਆਂ ਨੇ ਸਾਡੇ ਆਲੇ ਇੱਕ ਦੂਜੇ ਨਾਲ ਲੜ ਰਹੇ ਨੇ ਬਿਲਕੁਲ ਔਰ ਕੋਸ਼ੇ ਸਾਡੇ ਵਿੱਚ ਸਰਕਾਰੀ ਵੀ ਬੈਠੇ ਨੇ ਜਿਹੜੇ ਕਿ ਪੁਰਾਣੇ ਆ ਉਹਨਾਂ ਨੇ 40 ਸਾਲ ਤੋਂ ਐਡਜਸਟ ਕੀਤੇ ਹੋਏ ਨੇ ਉਹਨਾਂ ਹੁਣ ਉਹ ਆਪਣੇ ਅਕਾਫਾਂ ਵਾਸਤੇ ਬੜਾ ਖੁੱਲ ਕੇ ਕੰਮ ਕਰ ਰਹੇ ਨੇ ਇਹੋ ਜਿਹੇ ਬੰਦੇ ਵੀ ਇੱਥੇ ਬਾੜ ਦਿੱਤੇ ਗਏ ਨੇ ਜਿਹੜੇ ਸਾਰਾ ਕੁਝ ਇਹ ਕਹਿੰਦੇ ਨੇ ਕਿ ਸਿੱਖ ਹਿੰਦੂ ਹੀ ਨਹੀਂ ਸੋ ਤੁਹਾਡੇ ਤੇ ਚਾਰ ਪਾਸਿਆਂ ਤੋਂ ਹਮਲੇ ਕੀਤੇ ਜਾ ਰਹੇ ਨੇ ਦੋ ਪਾਸਿਆਂ ਤੋਂ ਨਹੀਂ ਇੱਕ ਪਾਸੇ ਇਹੋ ਜੇ ਭੇਖੀ ਸਿੱਖ ਬਾੜੇ ਹੋਏ ਨੇ ਜਿਹੜੇ ਕਹਿੰਦੇ ਨੇ ਕਿ ਸਿੱਖ ਹਿੰਦੂ ਹੀ ਨਹੀਂ ਤੇ ਇਹ ਗੁਰੂ ਸਾਹਿਬ ਸਾਰੇ ਹਿੰਦੂ ਸੀ ਉਹ ਇਹ ਚੀਜ਼ ਦਾ ਬੜਾ ਜ਼ਬਰਦਸਤ ਪ੍ਰਚਾਰ ਕਰ ਰਹੇ ਨੇ ਤੇ ਜਿਹੜੇ ਸਿੱਖ ਉਹਨਾਂ ਨੂੰ ਕਾਊਂਟਰ ਕਰ ਰਹੇ ਨੇ ਜਿਹੜੇ ਉਹਨਾਂ ਨੂੰ ਕਾਊਂਟਰ ਕਰ ਸਕਦੇ ਨੇ ਉਹਨਾਂ ਨੂੰ ਆਰਥਿਕ ਤੌਰ ਤੇ ਵੀ ਕਮਜ਼ੋਰ ਕੀਤਾ ਜਾ ਰਿਹਾ ਉਹਨਾਂ ਨੂੰ ਸੋਸ਼ੀਅਲੀ ਵੀ ਬਦਨਾਮ ਕੀਤਾ ਜਾ ਰਿਹਾ ਹਰ ਪਾਸਿਓ ਤੁਹਾਡੇ ਤੇ ਹਮਲਾ ਹੋ ਰਿਹਾ ਤੁਹਾਡੇ ਧਰਮ ਤੇ ਉੱਤੇ ਹਮਲਾ ਤੁਹਾਡੇ ਗੁਰਦੁਆਰਿਆਂ ਦੇ ਉੱਤੇ ਹਮਲਾ ਤੁਹਾਡੇ ਆਪਣੇ ਕਰੈਕਟਰ ਦੇ ਉੱਤੇ ਹਮਲਾ ਤੁਹਾਡੀ ਆਰਥਿਕਤਾ ਦੇ ਉੱਤੇ ਹਮਲਾ ਤੁਹਾਨੂੰ ਅੱਤਵਾਦੀ ਦੱਸਿਆ ਜਾ ਰਿਹਾ ਤੁਹਾਡੇ ਗੁਰਦੁਆਰਿਆਂ ਨੂੰ ਫੇਰ ਕਿਹਾ ਜਾ ਰਿਹਾ ਕਿ ਉੱਥੇ ਹਥਿਆਰ ਉਹ ਹਥਿਆਰਾਂ ਦਾ ਘਰ ਨੇ ਉਹ ਡਰੱਗਸ ਦਾ ਕੰਮ ਨੇ ਔਰ ਇਹਦੇ ਵਿੱਚ ਇਹ ਨਹੀਂਗਾ ਕਿ ਸਾਰਾ ਕੁਝ ਉਹ ਵੈਸੀ ਇਲਜ਼ਾਮ ਲਾ ਰਹੇ ਨੇ ਉਹਦੇ ਦੀ ਅਸੀਂ ਵੀ ਜ਼ਿੰਮੇਵਾਰ ਆ ਤੁਸੀਂ ਆਪਣੇ ਗੁਰਦੁਆਰੇ ਇਹੋ ਜੇ ਡਰੱਗ ਡੀਲਰਾਂ ਨੂੰ ਦਿੱਤੇ ਵੀ ਹੋਏ ਨੇ ਇਹ ਗੱਲ ਬੜੀ ਵਾਈਡ ਓਪਨ ਆ ਡਾਟਾ ਪਿਆ ਕਿ ਕੈਨੇਡਾ ਵਿੱਚ ਅਮਰੀਕਾ ਦੇ ਵਿੱਚ ਡਰੱਗ ਸਮਗਲਿੰਗ ਦੇ ਵਿੱਚ ਪੰਜਾਬੀ ਬਹੁਤ ਹੱਦ ਤੱਕ ਬੜੇ ਹੋਏ ਨੇ ਔਰ ਜਿਸ ਢੰਗ ਦੇ ਨਾਲ ਹੁਣ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਕਿਵੇਂ ਤੁਹਾਡੇ ਬਿਜ਼ਨਸ ਨੂੰ ਧੌਤੂਕ ਖੋਇਆ ਜਾ ਰਿਹਾ ਸਰਕਾਰ ਆਪਣੇ ਟਰੱਕ ਪਾ ਕੇ ਆਪਣੀਆਂ ਟੈਕਸੀਆਂ ਪਾ ਕੇ ਆਪਣੇ ਹੀ ਬੰਦਿਆਂ ਤੋਂ ਚਲਵਾ ਰਹੇ ਨੇ ਜਦੋਂ ਸਾਡੇ ਬੰਦੇ ਪੈਸੇ ਕੰਨੀਓ ਟੁੱਟਣਗੇ ਤਾਂ ਫਿਰ ਉਹ ਗਲਤ ਕੰਮਾਂ ਦੇ ਵਿੱਚ ਹੋਰ ਪੈਣਗੇ ਇਹ ਸਾਡੇ ਵਾਸਤੇ ਬਹੁਤ ਜ਼ਿਆਦਾ ਮਤਲਬ ਮੈਂ ਸੋਚਣਾ ਕਿ ਸਾਡੇ ਵਾਸਤੇ ਆਉਣ ਵਾਲਾ ਟਾਈਮ ਬਹੁਤ ਮਾੜਾ ਇਸੇ ਕਰਕੇ ਅਸੀਂ ਇਹ ਸ਼ੋਅ ਅੱਜ ਰਾਤ ਨੂੰ ਕਰ ਰਹੇ ਹਾਂ ਰਾਤ ਨੂੰ ਜਾਗ ਰਹੇ ਨੇ ਭਾਈ ਸਾਹਿਬ ਤੇ ਮੈਂ ਵੀ ਆਪਣੇ ਕੰਮ ਚੋਂ ਟਾਈਮ ਕੱਢ ਕੇ ਇੱਥੇ ਬੈਠਾ ਹੋਇਆ ਤਾਂ ਕਿ ਅਸੀਂ ਇਸ ਗੱਲ ਨੂੰ ਇਸ ਸਬਜੈਕਟ ਨੂੰ ਬੱਦ ਤੋਂ ਵੱਧ ਡਾਇਸੋ ਪ੍ਰਸਿੱਖਾ ਕੋਲੇ ਵੀ ਔਰ ਪੰਜਾਬ ਵਿਚਲੇ ਸਿੱਖਾ ਕੋਲੇ ਵੀ ਪਹੁੰਚਾ ਸਕੀਏ ਤਾਂ ਕਿ ਉਹ ਇਸ ਬਾਰੇ ਸੋਚ ਸਕਣ ਤੇ ਇਸ ਬਾਰੇ ਐਕਟ ਕਰ ਸਕਣ ਜੀ ਪਰ ਦਰਸ਼ਕਾ ਟਾਪਿਕ ਬੜਾ ਗੰਭੀਰ ਸੀ ਇਮੀਡੀਏਟ ਲਾਨਣ ਵਾਲਾ ਸੀ ਅਮਰਜੈਂਸੀ ਲੈਵਲ ਤੇ ਲਿਆ ਅਸਲ ਵਿੱਚ ਮੇਰੀ ਅੱਧੀ ਰਾਤ ਗੁਜ਼ਰ ਚੁੱਕੀ ਹੈ ਮੈਂ ਸਰਦਾਰ ਇੰਦਰਜੀਤ ਸਿੰਘ ਨੂੰ ਵੀ ਕਿਹਾ ਉਹ ਵੀ ਕੰਮ ਵਿੱਚੋਂ ਬਾਹਰ ਨਿਕਲੇ ਮੈਂ ਕਿਹਾ ਜੀ ਇੰਨੀ ਗੰਭੀਰਤਾ ਆਰਟੀਕਲ ਵੀ ਹੈ ਤੁਸੀਂ ਪੜਿਆ ਤੁਸੀਂ ਵੀ ਦੇਖੋ ਹੁਣਾਂ ਦੇ ਵਿੱਚ ਚਾਰ ਚੀਜ਼ਾਂ ਮੈਂ ਤੁਹਾਨੂੰ ਫੇਰ ਸਮਝਾ ਕੇ ਤੇ ਬੇਨਤੀ ਕਰਕੇ ਤੇ ਸਾਂਝੇ ਤੌਰ ਤੇ ਇਜਾਜ਼ਤ ਵਾਂਗੇ ਜੋ ਆਖਰੀ ਕਮੈਂਟਸ ਇਹ ਸਰਦਾਰ ਇੰਦਰਜੀਤ ਸਿੰਘ ਦੇ ਲਾਤੇ ਆਮ ਤੌਰ ਤੇ ਕਿਹਾ ਜਾਂਦਾ ਕਿ ਜੀ ਵੱਡੇ ਟਰਕਿੰਗ ਅਦਾਰੇ ਆ ਗਏ ਜਿਸ ਕਰਕੇ ਛੋਟਿਆਂ ਨੂੰ ਉਹ ਖਾ ਗਏ ਨਹੀਂ ਜੀ ਇਹ ਅਜਿਹੀ ਗੱਲ ਨਹੀਂ ਹੈ ਉਹਨਾਂ ਦੇ ਪਿੱਛੇ ਸਮਝੋ ਕਿ ਕਿਹੜੇ ਆ ਕੇ ਖੜੇ ਹੋ ਗਏ ਔਰ ਕਿਉਂ ਖੜੇ ਹੋ ਗਏ ਉਹਨਾਂ ਕੋਲ ਨਾ ਪੈਸਾ ਕਿੱਥੋਂ ਆ ਗਿਆ ਮੈਂ ਕੈਨੇਡਾ ਵਿੱਚ ਸਰਵੇ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਕਿਹਾ ਗਿਆ ਜੀ ਕਿ ਪੰਜਾਬ ਦੇ ਹੀ ਅਕਾਲੀ ਲੀਟਰਾਂ ਨੇ ਇੱਥੇ ਆ ਕੇ ਜੀ ਵੱਡੇ ਵੱਡੇ ਟਰੱਕ ਦੀਆਂ ਕੰਪਨੀਆਂ ਬਣਾ ਲਈਆਂ ਕਰ ਲਿਆ ਕੀ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਪੈਸਾ ਕਿਵੇਂ ਆ ਗਿਆ 2 ਨੰਬਰ ਵਿੱਚ ਪੈਸਾ ਕਿਵੇਂ ਆ ਗਿਆ ਉੱਥੇ ਤਾਂ ਇੱਕ ਇੱਕ ਪੈਸੇ ਦਾ ਹਿਸਾਬ ਮੰਗਿਆ ਜਾਂਦਾ ਔਰ ਅਮਰੀਕਾ ਕੈਨੇਡਾ ਯੂਰਪ ਸਾਰੇ ਦੁਨੀਆ ਵਿੱਚ ਕਿਤੇ ਵੀ ਨਾ ਤੁਹਾਡੀ ਡਰੱਗ ਮਨੀ ਆਨ ਦਿੱਤੀ ਜਾਂਦੀ ਹੈ ਨਾ ਬਲੈਕ ਮਨੀ ਆਨ ਦਿੱਤੀ ਜਾਂਦੀ ਹੈ ਨਾ ਆਰ ਮਨੀ ਆਨ ਦਿੱਤੀ ਜਾਂਦੀ ਹੈ ਤੇ ਉਹ ਵੀ ਪੈਸਾ ਨਹੀਂ ਆਨ ਦਿੱਤਾ ਜਾਂਦਾ ਜਿਸ ਪੈਸੇ ਦਾ ਤੁਹਾਡੇ ਇੱਥੇ ਕੋਈ ਹਿਸਾਬ ਨਹੀਂ ਹੈਗਾ ਉਹਨੂੰ حساب ਦੇਣਾ ਪੈਂਦਾ ਤੇ ਫਿਰ ਉੱਥੇ ਅਰਬਾਂ ਡਾਲਰ ਕਿਵੇਂ ਇਨਵੈਸਟ ਹੋ ਜਾਂਦੇ ਨੇ ਸੋਚੋ ਆਪਣੇ ਆਪ ਹੀ ਉਂਗਲਾ ਚੁੱਕ ਚੁੱਕੇ ਸਾਰਾ ਕੁਝ ਆਪਣੇ ਆਪ ਹੀ ਅਸੈਸਮੈਂਟ ਲਾ ਕੇ ਡਿਪਰੈਸ਼ਨ ਹੀ ਚਾਉਣ ਦੀ ਲੋੜ ਨਹੀਂ ਹੈ ਤਾਂ ਕਹਾਣੀ ਬੜੀ ਲੰਬੀ ਜੇ ਬੜੀ ਡੀਪ ਹੈ ਬੜਾ ਇਸ ਡੀਪ ਕਹਾਣੀ ਦੇ ਪਿੱਛੇ ਡੀਪ ਸਟੇਟ ਆ ਮੈਂ ਬਾਰ ਬਾਰ ਕਹਿ ਰਿਹਾ ਤੇ ਡੀਪ ਸਟੇਟ ਨੇ ਆਪਣੇ ਏਜੰਟ ਜਿਹੜੇ ਤੁਸੀਂ ਚਿੱਠੀਆਂ ਦੇ ਦੇ ਕੇ ਆਪ ਹੀ ਆਪਣੇ ਪੈਸਿਆਂ ਨਾਲ ਆਪਣੀ ਸਮਰੱਥਾ ਨਾਲ ਆਪਣੀਆਂ ਹੀ ਸੰਸਥਾਵਾਂ ਵਿੱਚ ਵਿਰਾਜਮਾਨ ਕਰਾ ਦਿੱਤੇ ਨੇ ਕਾਬਜ ਕਰਾ ਦਿੱਤੇ ਨੇ ਜਿਨ੍ਹਾਂ ਨੂੰ ਕੱਢਣਾ ਬਹੁਤ ਔਖਾ ਹੋ ਗਿਆ ਜੇ ਇਹ ਸਾਰਾ ਕੁਝ ਉਸ ਚੇਨ ਨਾਹੀ ਹੁਣ ਤੁਹਾਡੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਤੇ ਇਹ ਇੱਕ ਸੱਟ ਵੱਜੀ ਹੈ ਇਹ ਸੱਟ ਨੂੰ ਕਿਵੇਂ ਸੰਭਾਲੋਗੇ ਮੈਨੂੰ ਬਹੁਤ ਔਖਾ ਲੱਗ ਰਿਹਾ ਕੀ ਯੂਰੋਪੀਟ ਨਾਰਥ ਅਮਰੀਕਾ ਇਚ ਆਸਟ੍ਰੇਲੀਆ ਇਚ ਨਿਊਜ਼ੀਲੈਂਡ ਵਗੈਰਾ ਇਚ ਸਾਠ ਨੂੰ ਕੀ ਸੰਭਾਲਨ ਯੋਗ ਸਿੱਖ ਲੀਡਰਸ਼ਿਪ ਕੋਲ ਸਮਰਥਾ ਹੈ ਇਸ ਤੇ ਮੈਂ ਤੁਹਾਡੇ ਕਮੈਂਟ ਚਾਹਨਾ ਜੀ ਤੇਰੀ ਜਾਗਤ ਦੇਖੋ ਸਮਰਥਾ ਦੀ ਗੱਲ ਤਾਂ ਹੈਗੀ ਆ ਪਰ ਕੀ ਉਹ ਕੁਝ ਕਰ ਰਹੇ ਨੇ ਤਾਂ ਜਵਾਬ ਆ ਨਹੀਂ ਜੀ ਸਮਰਥਾ ਹੈਗੀ ਆ ਜੇ ਇੱਕ ਜਟ ਹੋ ਕੇ ਖੜ ਜਾਂਦੀ ਆ ਕੌਮ ਇੱਕ ਹੁੰਦੀ ਆ ਤਾਂ ਇਹ ਲੜਾਈ ਲੜੀ ਜਾ ਸਕਦੀ ਆ ਔਰ ਇਹ ਜਿੱਤੀ ਵੀ ਜਾ ਸਕਦੀ ਆ ਜੀ ਅ ਜੇ ਮੈਂ ਪਛੋਕਰ ਚ ਵੀ ਜਾਵਾਂ ਜੇ ਆਪਾਂ ਚਲੋ 83 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀ ਵੀ ਗੱਲ ਕਰਦੇ ਆ ਤਾਂ ਵੀ ਜੇ ਸਿੱਖੋਂ ਤੋਂ ਇਕੱਠੇ ਹੋ ਕੇ ਖੜਦੇ ਇਕੱਠੇ ਹੋ ਕੇ ਲੜਦੇ ਦਾਸ਼ਾਦੋਂ ਲੜਾਈ ਉਦੋਂ ਵੀ ਜਿੱਤੀ ਜਾ ਸਕਦੀ ਸੀ ਉਦੋਂ ਵੀ ਅਸੀਂ ਹਾਰੇ ਆਪਸ ਦੀ 파ੜੇ ਕਰਕੇ ਅਸੀਂ ਇੱਕ ਦੂਜੇ ਦੇ ਖਿਲਾਫ ਵੱਧ ਲੜੇ ਦੋਸ਼ਮੰਦ ਦੇ ਖਿਲਾਫ ਇਕੱਠੇ ਹੋ ਕੇ ਘਟ ਲੜੇ ਅਣਗਿਣਤ ਭਰਾ ਸਾਡੇ ਭਰਾ ਮਾਰੂ ਜੰਗ 'ਚ ਹੀ ਮਾਰੇ ਗਏ ਜਿਨ੍ਹਾਂ ਨੂੰ ਸਿਰਫ ਬਿਨਾਂ ਕਿਸੇ ਗੱਲ ਤੋਂ ਗਦਾਰ ਕਹਿ ਕੇ ਮਾਰ ਦਿੱਤਾ ਗਿਆ ਜਿਹੜੇ ਕਿ ਇੱਕ ਵੈਲ ਐਜੂਕੇਟਿਡ ਪੜੇ ਲਿਖੇ ਸਿਸਟਮ ਨੂੰ ਸਮਝਣ ਵਾਲੇ ਸਾਡੇ ਭਰਾ ਸੀਗੇ ਇਹੀ ਗੱਲ ਹੁਣ ਸਾਨੂੰ ਅਮਰੀਕਾ ਵਿੱਚ ਵੀ ਦੇਖਣ ਨੂੰ ਮਿਲਦੀ ਆ ਕਿ ਆਪਸ ਦੇ ਵਿੱਚ ਇਕੱਠੇ ਹੋਣ ਨਾਲੋਂ ਸਾਡੇ ਜਿਹੜੇ ਸਿੱਖ ਨੇ ਉਹ ਇੱਕ ਦੂਜੇ ਵੱਲ ਧੋਪਾ ਤਾਣੀ ਬੈਠੇ ਨੇ ਸੋ ਇੱਕ ਤਾਂ ਇਹ ਆ ਕਿ ਘੱਟੋ ਘੱਟ ਬਿਨਾਂ ਕਿਸੇ ਗੱਲ ਤੋਂ ਇੱਕ ਦੂਜੇ ਦੇ ਖਿਲਾਫ ਬੋਲਣਾ ਬੰਦ ਕਰੀਏ ਪਰ ਜਿਹੜਾ ਸੱਚ ਆ ਜੇ ਤੁਹਾਨੂੰ ਲੱਗਦਾ ਕਿ ਕੋਈ ਆਰਗੇਨਾਈਜੇਸ਼ਨ ਕੋਈ ਲੀਡਰ ਗਲਤ ਕੰਮ ਕਰ ਰਿਹਾ ਤਾਂ ਫਿਰ ਉਸ ਨੂੰ ਓਪਨਲੀ ਚੈਲੰਜ ਕਰੋ ਪਿੱਛੇ ਜੇ ਮੈਂ ਇੱਥੇ ਸਾਡੇ ਇੱਕ ਪ੍ਰੋਗਰਾਮ ਹੋਇਆ ਸੀ ਆਪਣੀ ਸਿੱਖ ਭੈਣ ਹੈਗੀ ਆ ਜਸਮੀਤ ਜਿਹੜੀ ਕਿ ਕੈਲੀਫੋਰਨੀਆ ਦੇ ਵਿੱਚ ਉਹ ਅ ਅਸੈਂਬਲੀ ਵੂਮੈਨ ਆ ਉਸ ਨੇ ਅ ਟ੍ਰਾਂਸਨੇਸ਼ਨਲ ਰਿਪਰੈਸ਼ਨ ਦੇ ਉੱਤੇ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਜੋ ਉਸ ਨੂੰ ਨਹੀਂ ਲਿਆਉਣ ਦਿੱਤਾ ਗਿਆ ਜਾਂ ਉਸ ਨੂੰ ਰੋਕਿਆ ਗਿਆ ਉਸ ਨੂੰ ਰੋਕਣ ਵਾਸਤੇ ਵੀ ਹਿੰਦੂ ਆਰਗੇਨਾਈਜੇਸ਼ਨਾਂ ਭਾਰਤ ਬਹੁਤ ਪੱਬਾ ਪਾਰ ਹੋ ਕੇ ਕੰਮ ਕੀਤਾ ਉਹਨਾਂ ਨੇ ਰੋਕ ਲਿਆ ਜਿਸ ਮੀਤ ਦਾ ਆਪਣਾ ਕਹਿਣਾ ਸੀ ਇਹ ਕਿ ਸਿੱਖੋ ਜਿਹੜਾ ਭਾਈਵੰਦ ਲੜਾਈ ਅਸੀਂ ਭਰਾ ਭਰਾ ਸਾਡਾ ਸਾਂਝਾ ਭਾਈਚਾਰਾ ਹਿੰਦੂ ਸਿੱਖ ਭਰਾ ਨੇ ਇਸ ਗੱਲ ਤੋਂ ਬਾਹਰ ਆਜੋ ਅਗਲੇ ਤੁਹਾਨੂੰ ਖਤਮ ਕਰਨ ਤੇ ਤੋਲੇ ਹੋਏ ਨੇ ਔਰ ਬਹੁਤ ਛੇਤੀ ਖਤਮ ਕਰ ਸਕਦੇ ਨੇ ਜੇ ਤੁਸੀਂ ਨਾ ਸਮਝੀ ਹੁਣ ਇਹ ਗੱਲ ਜਿਹੜੀ ਆ ਜਸਮੀਤ ਜਿਹੜੀ ਕਿ ਅਮਰੀਕਨ ਬਾਰਨ ਬੱਚੀ ਆ ਉਹ ਵੀ ਇਹ ਗੱਲ ਨੂੰ ਸਮਝ ਰਹੀ ਆ ਕਿਉਂਕਿ ਉਹ ਹੀਟ ਫੀਲ ਕਰ ਰਹੀ ਆ ਉਹ ਇਸ ਦੀ ਤਪਸ਼ ਜਿਹੜੀ ਆ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਨੂੰ ਹੁਣ ਆਪਣਾ ਨਵਾਂ ਨਾਮ ਦਿੱਤਾ ਗਿਆ ਉਸ ਦੀ ਗਰਮੈਸ਼ ਜਿਹੜੀ ਆ ਉਸ ਤੱਕ ਵੀ ਪਹੁੰਚ ਰਹੀ ਆ ਜਿਹੜੀ ਕਿ ਇੱਕ ਅਸੈਂਬਲੀ ਵੂਮੈਨ ਆ ਬਾਇ ਪ੍ਰੋਫੈਸ਼ਨ ਉਹ ਡਾਕਟਰ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜਾ ਐਕਸ਼ਨ ਸਿੱਖਾਂ ਦੇ ਖਿਲਾਫ ਸ਼ੁਰੂ ਹੋਇਆ ਸਿੱਖਾਂ ਨੂੰ ਬਦਨਾਮ ਕਰਨ ਦਾ ਉਹਨਾਂ ਨੂੰ ਤਬਾਹ ਕਰਨ ਦਾ ਉਹ ਕਿੰਨਾ ਸੀਰੀਅਸ ਵਾਲਾ ਤੇ ਕਿੱਥੋਂ ਸ਼ੁਰੂ ਕੀਤਾ ਗਿਆ ਜੇ ਆਪਾਂ ਇਸ ਨੂੰ ਲਾਈਟਲੀ ਲੈਂਦੇ ਰਹੇ ਤਾਂ ਸਾਡਾ ਨੁਕਸਾਨ ਹੋਣਾ ਤੈਅ ਹੈ ਫਿਰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਅੱਜ ਵਕਤ ਹੈਗਾ ਇਕੱਠੇ ਹੋਵੋ ਇਕੱਠੇ ਹੋ ਕੇ ਇਸ ਦਾ ਟੱਕਰਾ ਕਰੋ ਤੇ ਜਿਹੜੇ ਲੋਕ ਗਾਹੇ ਬਗਾਹੇ ਪਾਸ ਸਰਕਾਰ ਦੇ ਹੱਕ ਚ ਭੁਗਤ ਰਹੇ ਨੇ ਉਹਨਾਂ ਨੂੰ ਸਿੱਧਾ ਚੈਲੰਜ ਕਰੋ ਉਹਨਾਂ ਨੂੰ ਆਪਣੇ ਗੁਰਦੁਆਰਿਆਂ ਚੋਂ ਬਾਹਰ ਕੱਢੋ ਜੇ ਉਹ ਗੁਰਦੁਆਰਿਆਂ ਚ ਕਾਬਜ ਨੇ ਇੱਕ ਚੰਗੇ ਸਿਹਿਰਦ ਪੜ੍ਹੇ ਲਿਖੇ ਸਿੱਖ ਲੈ ਕੇ ਆਓ ਜਿਹੜੇ ਤੁਹਾਨੂੰ ਪ੍ਰੋਪਰ ਵੇ ਦੇ ਨਾਲ ਲੀਡ ਕਰ ਸਕਦੇ ਨੇ ਤੁਹਾਡੀਆਂ ਪ੍ਰੋਬਲਮਾਂ ਜਿਹੜੀਆਂ ਨੇ ਉਹ ਲੋਕਲ ਜਾਂ ਸਮਾਜਿਕ ਪ੍ਰੋਬਲਮਾਂ ਜਿਹੜੀਆਂ ਨੇ ਉਹ ਰਿਜ਼ੋਲਵ ਕਰ ਸਕਦੇ ਨੇ ਜੀ ਮੈਂ ਅਖੀਰ ਵਿੱਚ ਇੱਕੋ ਗੱਲ ਚੁਪ ਵੀ ਕਰਨਾ ਚਾਹੁੰਦਾ ਜਿਹੜੇ ਸਿੱਖ ਪੇਸ਼ੀ ਚ ਤੁਹਾਡੇ ਆਪਣੇ ਮੁਲਕ ਦੇ ਕਾਨੂੰਨ ਤੋੜ ਕੇ ਤੁਹਾਡੇ ਲਈ ਕੰਡੇ ਬੀਜਦੇ ਪਏ ਨੇ ਸਿੱਖੀ ਪੇਸ਼ ਵਿੱਚ ਧਰਮ ਦਾ ਨਾਮ ਲੈ ਕੇ ਸਿੱਖ ਕੌਮ ਲਈ ਕੰਡੇ ਬੀਜਦੇ ਪਏ ਨੇ ਉਹਨਾਂ ਤੇ ਕੈੜੀ ਨਿਗ੍ਹਾ ਰੱਖੋ ਤੇ ਉਹਨਾਂ ਨੂੰ ਰਿਪੋਰਟ ਆਪ ਹੀ ਕਰਵਾ ਦਿਓ ਪਾਂ ਜੋ ਤੁਹਾਡੇ ਅਕਸ ਬਚੇ ਰਾਮ ਨਾਰਥ ਅਮਰੀਕਨ ਆਰਗੇਨਾਈਜੇਸ਼ਨਸ ਤੇ ਸਟਿਕ ਅਗਰ ਇਸ ਮੁੱਦੇ ਤੇ ਇੱਕ ਮੁਠ ਹੋ ਕੇ ਕੰਮ ਕਰ ਲਾਂ ਤਾਂ ਠੱਲ ਪੈ ਸਕਦੀ ਏ ਨਹੀਂ ਤੇ ਤੁਹਾਡੇ ਇੱਚ ਕੁਸਪਾਠ ਉਸੇ ਟਾਈਪ ਦੀ ਕਰਾ ਚੁੱਕੇ ਨੇ ਜਿਵੇਂ 1986 ਤੋਂ ਬਾਅਦ ਸਿੱਖ ਮੂਵਮੈਂਟ ਇੱਚ ਕੁਸਪਾਠ ਹੋ ਗਈ ਸੀ ਮੈਂ ਸਿਰਫ ਇਹ ਨਹੀਂ ਬੇਨਤੀ ਕਰਨਾ ਚਾਹੁੰਦਾ ਅੱਗੇ ਅੱਗੇ ਸਮਝਦਾਰ ਤੁਸੀਂ ਆਪ ਹੋ ਉਹ ਲੋ ਖੜਕਵਾਂ ਨੂੰ ਹੀ ਕਿਹਾ ਸੀ ਕਿ ਹਥਿਆਰਬੰਦ ਸੰਘਰਸ਼ ਸਸਪੈਂਡ ਕਰ ਦਿਓ ਤੇ ਪੋਲਿਟੀਕਲਾਈਜ਼ ਹੋ ਜਾਓ ਤੇ ਇਕਮੁੱਟ ਹੋ ਜਾਓ ਸਾਥੀ ਆਰਚਰ ਨਾਲ ਇਹ ਮੈਂ ਕਦੇ ਕਿਸੇ ਨੂੰ ਨਹੀਂ ਕਿਹਾ ਕਿਉਂਕਿ ਦੋਨੋਂ ਪੈਰਲੈਲਸ ਸੰਸਪਾਈ ਸਾਡਾ ਵਿਰਸਾ ਪਰ ਡਿਪਲੋਮੈਟਿਕ ਪੈਨਤੜੇ ਦੁਸ਼ਮਨ ਦੇ ਪੈਨਤੜਿਆਂ ਨੂੰ ਸਮਝ ਕੇ ਲੈਣੇ ਮੋਲਡ ਕਰਨੇ ਅਤੇ ਨਿਰਣਾ ਕਰਨੇ ਬੜੇ ਜ਼ਰੂਰੀ ਹੁੰਦੀ ਜੇ ਹੁਣ ਉਹ ਉਸ ਪਾਠ ਨੇ ਸਿੱਖ ਕੌਮ ਨੂੰ ਪੰਜਾਬ ਵਿੱਚ ਖਤਮ ਕਰਾਇਆ ਸੰਘਰਸ਼ ਨੂੰ ਖਤਮ ਕਰਾਇਆ ਤੇ ਲਗਾਤਾਰਤਾ ਵਿੱਚ ਨਿਗਾਰ ਹੋ ਰਿਹਾ ਉਹੀ ਗੱਲ ਹੁਣ ਨਾਰਥ ਅਮਰੀਕਾ ਵਿੱਚ ਹੋ ਰਹੀ ਜੇ ਸੰਭਲ ਜਾਓਗੇ ਤੇ ਵੱਜ ਜਾਓਗੇ ਜੇ ਤਰਸ ਵਿੱਚ ਰਹੇ ਆ ਸਾਡੇ ਹੀ ਬੱਚੇ ਨੇ ਸਮਝਾਵਾਂਗੇ ਆ ਕਰ ਲਾਂਗੇ ਸਮਝਾ ਤਸੀਂ ਸਕਦੇ ਨਹੀਂ ਕਿਉਂਕਿ ਉਹਨਾਂ ਦੀਆਂ ਪੰਨਾਂ ਤੇ ਤਾਰਾਂ ਕਿਤੇ ਹੋਰ ਜੁੜੀਆਂ ਹੋਣਗੀਆਂ ਜੀ ਅਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ